ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰਯੋਗ ਤੇ ਦਾਨਸ਼ਵਰ ਦੋਸਤੋ, ਤੁਹਾਡੀ ਖਿਦਮਤ ਸਾਡੇ ਮਸਲੇ ਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਡਾਕਟਰ ਔਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ, ਪੰਜਾਬ ਯੂਨੀਵਰਸਿਟੀ ਇਤਿਹਾਸ ਦੇ ਗ੍ਰੈਜੂਏਟ ਦੇ ਸਟੂਡੈਂਟਸ ਨੂੰ ਪੜ੍ਹਾਉਂਦੇ ਰਹੇ। ਉਹਨਾਂ ਦੀ ਡਾਕਟਰੇਟ ਦਾ ਥੀਸਿਸ ਸਿੰਘ ਸਭਾ ਲਾਇਰ ਤੇ ਸੀ। ਦੇਸ਼ ਵਿਦੇਸ਼ ਵਿਚ ਇਤਿਹਾਸਕ ਧਾਰਮਿਕ ਮਸਲਿਆਂ ਤੇ ਸੈਮੀਨਾਰਸ ਵਿਚ ਪ੍ਰੋਫੈਸਰ ਢਿੱਲੋਂ ਸਾਹਿਬ ਦੀਆਂ ਸੇਵਾਵਾਂ ਲਈ ਹਮੇਸ਼ਾ ਮੰਗ ਬਣੀ ਰਹਿੰਦੀ ਹੈ। ਮਿਆਰੀ ਅਖਬਾਰਾਂ ਵਿਚ ਇਨ੍ਹਾਂ ਦੇ ਆਰਟੀਕਲ ਛਪਦੇ ਰਹਿੰਦੇ ਨੇ। ਮੀਡੀਆ ਕਾਨਫਰੰਸਿਸ ਵਿਚ ਇਨ੍ਹਾਂ ਦੀ ਕੀਮਤੀ ਰਾਏ ਖਾਸ ਤੌਰ ਦੇ ਉਪਰ ਲਈ ਜਾਂਦੀ ਹੈ। ਇਨ੍ਹਾਂ ਦੀ ਕਲਮ ਦੁਆਰਾ ਲਿਖੀਆਂ ਪੁਸਤਕਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉਪਰ ਮੰਗ ਬਣੀ ਹੋਈ ਹੈ। ਮਕਾਲਫ ਗੋਲਡ ਮੈਡਲ, ਅਕਾਲੀ ਫੂਲਾ ਸਿੰਘ ਅਵਾਰਡ ਵਰਗੇ ਮਿਆਰੀ ਅਵਾਰਡ ਇਨ੍ਹਾਂ ਨੂੰ ਪ੍ਰਾਪਤ ਹਨ। ਅੱਜ ਦੇ ਮਸਲੇ ਦੇ ਵਿਚ ਅਸੀਂ ਵਿਚਿੱਤਰ ਨਾਟਕ, ਜਿਸ ਨੂੰ ਦਸਮ ਗ੍ਰੰਥ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਹਨਾਂ ਦੀ ਰਚਨਕਾਰਤਾ ਬਾਰੇ ਵਿਦਵਾਨਾਂ ਵਿਚ ਸਹਿਮਤੀ ਅਸਹਿਮਤੀ ਹੈ। ਡਾਕਟਰ ਰਤਨ ਸਿੰਘ ਜੱਗੀ, ਜੋ ਅਥਾਰਟੀ ਮੰਨੇ ਜਾਂਦੇ ਨੇ ਇਸ ਗ੍ਰੰਥ ਬਾਰੇ, ਉਹਨਾਂ ਦਾ ਵੀ ਮੰਨਣਾ ਹੈ ਕਿ ਇਸ ਗ੍ਰੰਥ ਦੀ ਰਚਨਾ ਕਰਨ ਵਾਲੇ ਦਾ ਜਾਂ ਕਰਨ ਵਾਲਿਆਂ ਬਾਰੇ ਯਕੀਨ ਨਾਲ ਕਹਿਣਾ ਮੁਸ਼ਕਲ ਹੈ। ਸੋ ਰਚਨਾਵਾਂ ਦਾ ਵੇਰਵਾ ਇਹਦੇ ਵਿਚ ਜਾਪ ਸਾਹਿਬ, ਅਕਾਲ ਉਸਤਤ, ਵਿਚਿੱਤਰ ਨਾਟਕ, ਚੰਡੀ ਚਰਿੱਤਰ, ਗਿਆਨ ਪ੍ਰਬੋਧ, 24 ਅਵਤਾਰ, ਚਿਤਰੋ ਪਖਿਆਨ, ਜ਼ਫਰਨਾਮਾ, ਹਕਾਇਤਾਂ ਵਗੈਰਾ। ਇਸ ਦੇ ਨਾਲ ਹੀ ਮੈਂ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਬਾਰੇ ਔਰ ਅੱਜ ਦੇ ਵਿਸ਼ੇ ਬਾਰੇ ਮੁੱਢਲੀ ਜਾਣਕਾਰੀ ਦੇ ਕਾਰਜ ਨੂੰ ਇੱਥੇ ਹੀ ਸਮੇਟਦੇ ਹੋਇਆਂ ਢਿੱਲੋਂ ਸਾਹਿਬ ਨੂੰ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਬਹੁਤ ਧੰਨਵਾਦ ਤੇ ਉਹਨਾਂ ਨੂੰ ਜੀ ਐ ਕਹਿਣਾ। ਪੰਜਾਬ ਪੰਜਾਬੀਅਤ ਨਾਲ ਸੰਬੰਧਿਤ ਕੁਝ ਹੋਰ ਮਸਲੇ ਵੀ ਜਿਹੜੇ ਹੈਗੇ ਨੇ, ਉਹਨਾਂ ਵੀ ਸਮੇਂ ਦੇ ਮੁਤਾਬਕ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਹੋ ਜੀ, ਕੀ ਕਹਿਣਾ ਚਾਹੋਗੇ ਪ੍ਰੋਫੈਸਰ? ਹਾਂਜੀ ਹਾਂਜੀ, ਪਹਿਲਾਂ ਤਾਂ ਜੀ ਸਤਿਕਾਰ ਸਹਿਤ ਤੁਹਾਨੂੰ ਮਾਨ ਸਾਹਿਬ ਤੇ ਤੁਹਾਡੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਚ ਵਸੇ ਸਿੱਖ ਜਗਤ ਲਈ ਗੁਰੂ ਗ੍ਰੰਥ ਸਾਹਿਬ ਇੱਕ ਲਿਵਿੰਗ ਗੁਰੂ ਦਾ ਦਰਜਾ ਰੱਖਦੇ ਨੇ, ਔਰ ਸੰਸਾਰ ਦੇ ਜੋ ਕਿਸੇ ਹੋਰ ਸੰਸਾਰ ਦੇ ਹੋਰ ਕਿਸੇ ਗ੍ਰੰਥ ਨੂੰ ਪ੍ਰਾਪਤ ਨਹੀਂ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਵੀ ਇਹਦੇ ਉਪਰ ਆਪਣੀ ਜ਼ੋਰ ਲਾਈ ਹੈ। ਸੋ ਇਹਦੀ ਇਤਿਹਾਸਕ ਮਹੱਤਤਾ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਜੀ। ਹਾਂਜੀ, ਦੇਖੋ ਇਹਦੀ ਕੋਈ ਇਤਿਹਾਸਿਕ ਰੈਲੇਵੈਂਸ ਨਹੀਂ ਹੈ, ਕੋਈ ਇਸ ਕਿਸਮ ਦਾ ਐਵੀਡੈਂਸ ਹਲੇ ਤੱਕ ਜਿਹੜੇ ਇਤਿਹਾਸਕਾਰ ਇਸ ਏਰੀਏ ਦੇ ਵਿੱਚ ਕੰਮ ਕਰਦੇ ਆ ਉਹਨਾਂ ਕੋਲ ਅਵੇਲੇਬਲ ਨਹੀਂ ਹੈਗਾ। ਇਹ ਫੈਕਟੀਸ਼ੀਅਸ ਜਿਹੜਾ ਹੈਗਾ ਗ੍ਰੰਥ ਹੈਗਾ, ਜਿਸ ਦੀ ਕੋਈ ਅਥੈਂਟਿਸਿਟੀ ਨਹੀਂ, ਜਿਸ ਦੀ ਕੋਈ ਇੰਟੈਗਰਿਟੀ ਨਹੀਂ, ਜਿਸ ਦੀ ਕੋਈ ਆਥਰਸ਼ਿਪ ਨਹੀਂ, ਜਿਸ ਦੀ ਕੋਈ ਡੇਟਿੰਗ ਨਹੀਂ। ਇਹ 4-5 ਪੈਰਾਮੀਟਰਸ ਹੁੰਦੇ ਆ ਹਿਸਟੋਰੀਓਗ੍ਰਾਫੀ ਚ ਕਿਸੇ ਵੀ ਮੈਨੂਸਕ੍ਰਿਪਟ ਨੂੰ ਐਸਟੈਬਲਿਸ਼ ਕਰਨ ਦੇ ਲਈ। ਦੂਜੀ ਗੱਲ ਇਹਦੀ ਇੰਪੋਰਟੈਂਟ ਇਹਦੇ ਬਾਰੇ ਪ੍ਰੋਬਲਮ ਇਹ ਆ ਕਿ ਇਸ ਦਾ ਇੱਕ ਮੈਨੂਸਕ੍ਰਿਪਟ ਨਹੀਂ ਹੈਗਾ, ਇਸ ਦਾ ਇੱਕ ਖਰੜਾ ਨਹੀਂ ਹੈਗੇ, ਇਹਦੇ ਕਈ ਮੈਨੂਸਕ੍ਰਿਪਟ ਹੈਗੇ ਆ। ਕੋਈ ਤਾਂ ਇੱਕ ਮੈਨੂਸਕ੍ਰਿਪਟ, ਪਹਿਲਾਂ ਤਾਂ ਇਸ ਦੇ 78 ਸੀਗੇ, ਉਹ ਘਟਦੇ 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 ਹੁਣ 4 ਰਹਿ ਗਏ ਆ, ਜਿਹਨਾਂ ਨੂੰ ਉਹ ਅੱਡ ਅੱਡ ਕਿਸਮ ਦੇ ਜਿਹੜੇ ਲੋਕ ਆ ਪ੍ਰਮਾਣਿਕ ਮੰਨਦੇ ਆ, ਜਿਹੜਾ ਪ੍ਰਮਾਣਿਕ ਉਹਨਾਂ ਦੇ ਮੇਰੇ ਹਿਸਾਬ ਦੇ ਵਿੱਚ ਕੋਈ ਵੀ ਨਹੀਂ ਹੈਗਾ। ਇੱਕ ਤਾਂ ਨਿਹੰਗਾ ਕੋਲ ਆ, ਇੱਕ ਇਸੇ ਤਰੀਕੇ ਨਾਲ ਪਟਨਾ ਸਾਹਿਬ ਪਿਆ, ਇੱਕ ਪਿਆ ਜੀਨ ਦੇ ਵਿੱਚ ਤੇ ਇੱਕ ਪਿਆ ਅਮਰਿੰਦਰ ਸਿੰਘ ਦੀ ਲਾਇਬ੍ਰੇਰੀ ਦੇ ਵਿੱਚ। ਇਹਨਾਂ ਚਾਰਾਂ ਖਰੜਿਆਂ ਦੇ ਵਿੱਚ, ਮੈਨੂਸਕ੍ਰਿਪਟਾਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੀ ਡੇਟਿੰਗ ਸੈਪਰੇਟ ਆ, ਉਹਨਾਂ ਦੇ ਵਿੱਚ
ਜਿਹੜਾ ਕੰਟੈਂਟ ਹੈ ਉਸ ਦੀ ਟੋਟਲ ਜਿਹੜੇ ਪੇਜਿਸ ਆ ਉਹਨਾਂ ਚ ਵੇਰੀਏਸ਼ਨ ਹੈ। ਤੋ ਜਿਹੜੇ ਦੁਨੀਆਂ ਦੇ ਹਿਸਟੋਰੀਓਗ੍ਰਾਫੀ ਦੇ ਪੈਰਾਮੀਟਰ ਐਸਟੈਬਲਿਸ਼ ਹੋਏ ਹੋਏ ਆ ਵਰਲਡ ਓਵਰ, ਜਿਨ੍ਹਾਂ ਨੂੰ ਸਾਰੀ ਦੁਨੀਆਂ ਮੰਨਦੀ ਆ, ਉਹਨਾਂ ਦੇ ਆਧਾਰ ਤੇ ਇਹਦੀ ਅਥੈਂਟਿਸਿਟੀ ਕਹੀ ਹੀ ਨਹੀਂ ਜਾ ਸਕਦੀ। ਅੱਛਾ, ਹੁਣ ਪਹਿਲਾਂ ਇਹਦਾ ਨਾਂ ਆ ਬਚਿੱਤਰ ਨਾਟਕ, ਬਚਿੱਤਰ ਨਾਟਕ ਗ੍ਰੰਥ। ਪਹਿਲਾਂ ਤਾਂ ਆਪਾਂ ਮਾਨ ਸਾਹਿਬ ਇਹ ਦੇਖੀਏ ਵੀ ਬਚਿੱਤਰ ਨਾਟਕ ਦਾ ਕੀ ਮਤਲਬ ਆ। ਤੁਸੀਂ ਵੀ ਲਿਟਰੇਚਰ ਦੇ ਮਾਹਰ ਹੋ, ਨਾਟਕ ਦਾ ਮਤਲਬ ਹੁੰਦਾ ਡਰਾਮਾ। ਡਰਾਮਾ ਜਿਹੜਾ ਹੁੰਦਾ ਉਹ ਮਤਲਬ ਉਹਦੀ ਕੋਈ ਅਸਲੀਅਤ ਨਹੀਂ ਹੁੰਦੀ, ਉਹ ਤਾਂ ਇੱਕ ਇਮੈਜਨਰੀ ਮਤਲਬ ਕਿਸਮ ਦੀ ਇੱਕ ਚੀਜ਼ ਹੈ, ਪਲਾਟ ਬਣਾ ਕੇ ਉਸਦੇ ਕਰੈਕਟਰ ਕ੍ਰੀਏਟ ਕੀਤੇ ਜਾਂਦੇ ਆ। ਜੇ ਅਸੀਂ ਇਸ ਨੂੰ ਜਿਹੜਾ ਇਹਦਾ ਆਥਰ ਹੈ, ਜਿਸ ਬੰਦੇ ਨੇ ਇਸ ਨੂੰ ਇੰਟਰੋਡਿਊਸ ਕੀਤਾ, ਉਸ ਨੇ ਇਹਨੂੰ ਬਚਿੱਤਰ ਨਾਟਕ ਦੇ ਨਾਂ ਹੇਠਾਂ ਇੰਟਰੋਡਿਊਸ ਕੀਤਾ, ਫਿਰ ਜਦੋਂ ਇਹ ਚੱਲ ਨਹੀਂ ਸਕਿਆ, ਲੋਕਾਂ ਵਿੱਚ ਪ੍ਰੈਵਲੈਂਟ ਨਹੀਂ ਹੋ ਸਕਿਆ, ਫਿਰ ਇਸ ਦਾ ਨਾਂ ਬਦਲ ਕੇ ਦਸਮ ਗ੍ਰੰਥ ਕਰਤਾ, ਫਿਰ ਉਸ ਤੋਂ ਬਾਅਦ ਤੀਸਰਾ ਨਾਂ ਕਹਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਇਹਦਾ ਨਾਂ ਰੱਖ ਦਿੱਤਾ। ਤੋ ਇਹ ਇੱਕ ਬੜੀ ਵੱਡੀ ਸਾਜਿਸ਼ ਹੈ, ਔਰ ਇਹ ਸਾਜਿਸ਼ ਜਿਹੜੀ ਕ੍ਰੀਏਟ ਕੀਤੀ ਆ, ਇਹ ਕੀਤੀ ਆ ਅੰਗਰੇਜ਼ਾਂ ਨੇ। ਅੰਗਰੇਜ਼ ਜਿਹੜੇ ਸੀ ਬੜੇ ਸ਼ਾਤਰ ਦਿਮਾਗ ਸੀ, ਔਰ ਉਹਨਾਂ ਨੇ ਆਪਣੇ ਦਿਮਾਗ ਦੇ ਨਾਲ ਸਾਰੀ ਦੁਨੀਆਂ, ਤੁਹਾਨੂੰ ਪਤਾ 2/3 ਆਫ ਦੀ ਵਰਲਡ ਸਾਰੀ ਜਿੱਤ ਕੇ ਆਪਣੇ ਪੈਰਾਂ ਦੇ ਹੇਠ ਮਧੋਲ ਦਿੱਤੀ, ਔਰ ਉਸ ਨੂੰ ਸਾਰੀ ਦੁਨੀਆਂ ਨੂੰ ਉਹਨਾਂ ਨੇ ਐਕਸਪਲੋਇਟ ਕੀਤਾ। ਤੋ ਸਭ ਤੋਂ ਵੱਧ ਨੁਕਸਾਨ ਜੇ ਅੰਗਰੇਜ਼ ਕੌਮ ਨੇ ਕੀਤਾ, ਉਹ ਸਿੱਖਾਂ ਦਾ ਕੀਤਾ। ਕਿਸ ਤਰ੍ਹਾਂ ਕੀਤਾ? ਸਿੱਖਾਂ ਦੇ ਨਾਬਾਲਗ ਗੁਰੂ, ਨਾਬਾਲਗ ਰਾਜਾ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਸਾਜਿਸ਼ ਅਧੀਨ ਡੀਥਰੋਨ ਕੀਤਾ, ਫਿਰ ਉਸਦੇ ਉੱਤੇ ਲੜਾਈ ਥੋਪ ਦਿੱਤੀ, ਫਿਰ ਉਸ ਨੂੰ ਕਨਵਰਟ ਕੀਤਾ ਸਿੱਖਿਜ਼ਮ ਤੋਂ ਕ੍ਰਿਸਚੀਅਨਿਟੀ। ਇੱਕ ਨਾਬਾਲਗ ਬੱਚਾ, ਜਿਸ ਬੱਚੇ ਨੂੰ ਬੇਚਾਰੇ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ, ਔਰ ਉਸ ਦੇ ਜਿਹੜੇ ਸਰਪ੍ਰਸਤ ਕੌਣ ਸੀ? ਆਪ ਹੀ ਅੰਗਰੇਜ਼ ਸੀ। ਦੇਖੋ ਕੈਸੀ ਆਇਰਨੀ ਹੈ, ਕੈਸੀ ਮਤਲਬ ਸਿੱਖਾਂ ਦੀ ਮਤਲਬ ਇੱਕ ਬਹੁਤ ਵੱਡੀ ਟ੍ਰੈਜਡੀ ਹੈ ਕਿ ਉਹਨਾਂ ਦੇ ਰਾਜੇ ਨੂੰ ਕਿਸ ਤਰੀਕੇ ਦੇ ਨਾਲ, ਉਹਨਾਂ ਦੇ ਐਡੀ ਵੱਡੀ ਸਲਤਨਤ ਨੂੰ, ਐਡੇ ਵੱਡੇ ਮਤਲਬ ਜਿਹੜੀ ਉਹਨਾਂ ਦੀ ਸਲਤਨਤ ਸੀਗੀ, ਉਸ ਨੂੰ ਕਿਸ ਤਰੀਕੇ ਦੇ ਨਾਲ ਚਲਾਕੀ ਤੇ ਹੁਸ਼ਿਆਰੀ ਤੇ ਬੇਈਮਾਨੀ ਦੇ ਨਾਲ ਇਹਨਾਂ ਨੇ ਉਸ ਨੂੰ ਖਤਮ ਕੀਤਾ। ਔਰ ਖਤਮ ਕਰਨ ਤੋਂ ਬਾਅਦ ਇਹਨਾਂ ਨੇ ਅਹਿਸਾਸ ਕੀਤਾ, ਇੱਕ ਬਹੁਤ ਇੰਪੋਰਟੈਂਟ ਗੱਲ ਮੈਂ ਤੁਹਾਡੇ ਸਰੋਤਿਆਂ ਨੂੰ ਤੇ ਤੁਹਾਡੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਜੀ, ਕਿ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿੱਖ ਧਰਮ ਹੈ, ਇਹ ਜਿੰਨੀ ਦੇਰ ਇਸ ਫਾਰਮ ਚ, ਜਿਸ ਫਾਰਮ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਇਸ ਨੂੰ ਕ੍ਰੀਏਟ ਕੀਤਾ, ਇੱਕ ਰੈਵੋਲੂਸ਼ਨਰੀ ਰਿਲੀਜਨ, ਕ੍ਰਾਂਤੀਕਾਰੀ ਧਰਮ ਹੈ ਦੁਨੀਆਂ ਦੇ ਵਿੱਚ। ਔਰ ਉਸ ਕ੍ਰਾਂਤੀਕਾਰੀ ਧਰਮ ਦੀ ਜਿਹੜੀ ਇਸੈਂਸ ਹੈ, ਉਸ ਨੂੰ ਜਿੰਨੀ ਦੇਰ ਅਸੀਂ ਬਦਲਦੇ ਨਹੀਂ, ਇਸ ਮੁਲਕ ਦੇ ਵਿੱਚ ਅਸੀਂ ਪੋਲੀਟੀਕਲ ਸਟੇਬਿਲਿਟੀ ਸਾਡੇ ਹਿਸਾਬ ਦੇ ਨਾਲ ਨਹੀਂ ਰਹਿ ਸਕਦੀ। ਅੰਗਰੇਜ਼ਾਂ ਨੇ ਇਹ ਸਾਰੀ ਚਲਾਕੀ ਕੀਤੀ ਤਾਂ ਕੀ ਕੀਤਾ? ਦੇਖੋ ਬੜੀ ਕਮਾਲ ਦੀ ਗੱਲ, ਹਿੰਦੁਸਤਾਨ ਦੇ ਵਿੱਚ ਉਹ ਬੰਗਾਲ ਤੋਂ ਚੱਲੇ, ਉਹ ਬੰਗਾਲ ਤੋਂ ਚੱਲਦੇ ਚੱਲਦੇ ਇੱਥੇ ਤੱਕ ਪਹੁੰਚ ਗਏ, ਅਖੀਰ ਚ ਇੱਥੇ ਆਏ ਆ ਉਹ। ਤਾਂ ਉਹਨਾਂ ਨੇ ਰਸਤੇ ਆਉਂਦੇ ਵੇ ਕਈ ਹਿੰਦੂ ਸਟੇਟਾਂ ਸੀਗੀਆਂ, ਕਈ ਇਸਲਾਮਿਕ ਸਟੇਟਾਂ ਸੀ, ਨਵਾਬ ਸੀ, ਰਾਜੇ ਸੀ, ਮਹਾਰਾਜੇ ਸੀ, ਉਹਨਾਂ ਦੀਆਂ ਸਾਰੀਆਂ ਸਟੇਟਾਂ ਐਕਵਾਇਰ ਕਰਕੇ ਉਹਨਾਂ ਨੇ ਕਿਸੇ ਮੰਦਿਰ ਨੂੰ ਆਪਣੇ ਕਬਜ਼ੇ ਚ ਨਹੀਂ ਲਿਆ, ਕਿਸੇ ਮਸਜਿਦ ਨੂੰ ਆਪਣੇ ਕਬਜ਼ੇ ਚ ਨਹੀਂ ਲਿਆ। ਪਰ ਜਦੋਂ ਕਿੰਗਡਮ ਆਫ ਪੰਜਾਬ ਐਕਵਾਇਰ ਕੀਤੀ, 6 ਪ੍ਰਮੁੱਖ ਇਤਿਹਾਸਿਕ ਗੁਰਦੁਆਰੇ ਉਹਨਾਂ ਨੇ ਸਿੱਧੇ ਤੌਰ ਤੇ ਆਪਣੇ ਕਬਜ਼ੇ ਚ ਲੈ ਲਏ, ਔਰ ਉਹਨਾਂ ਦੇ ਉੱਤੇ ਆਪਣੇ ਜਿਹੜੇ ਲੋਕ ਸੀ ਉਹਨਾਂ ਨੂੰ ਅਪੁਆਇੰਟ ਕਰਤਾ ਕਿ ਇਸ ਦੀ ਨੇਚਰ ਬਦਲ ਦਿਓ, ਇਸ ਦਾ ਸਾਰਾ ਟੈਂਪਰਾਮੈਂਟ ਬਦਲ ਦਿਓ, ਇਸ ਦਾ ਸਾਰਾ ਇਸੈਂਸ ਬਦਲ ਦਿਓ। ਇੱਕ ਗੱਲ, ਦੂਸਰੀ ਮੈਂ ਇੱਥੇ ਇੱਕ ਬਹੁਤ ਹੀ ਇੰਪੋਰਟੈਂਟ ਔਰ ਸੈਂਸਿਟਿਵ ਗੱਲ ਹੈ ਉਹ ਦੱਸਣੀ ਚਾਹੁੰਦਾ। ਅੰਗਰੇਜ਼ਾਂ ਤੋਂ ਪਹਿਲਾਂ ਜਦੋਂ ਸਿੱਖ ਆਪਣੇ ਕਿਸੇ ਵੀ ਬੰਦੇ ਨੂੰ ਐਡਰੈਸ ਕਰਦੇ ਸੀ ਤਾਂ ਉਹ ਕੀ ਕਹਿੰਦੇ ਸੀ? ਭਾਈ ਮਨੀ ਸਿੰਘ, ਭਾਈ ਫਲਾਨਾ, ਭਾਈ ਤਿਮਕਾ, ਭਾਈ ਅਮਕਾ। ਲੇਕਿਨ ਉਸ ਤੋਂ ਪਹਿਲਾਂ ਕਿਸੇ ਬੰਦੇ ਨੂੰ ਸੰਤ ਦਾ ਖਿਤਾਬ ਨਹੀਂ ਸੀ ਦਿੱਤਾ ਜਾਂਦਾ। ਠੀਕ, ਸੰਤ ਦਾ ਖਿਤਾਬ ਕਿਸੇ ਇੱਕ ਬੰਦੇ ਨੂੰ ਨਹੀਂ ਦਿੱਤਾ ਗਿਆ, ਔਰ ਸੰਤ ਕਹਿ ਕੇ ਕਿਸੇ ਨੂੰ ਐਡਰੈਸ ਨਹੀਂ ਕੀਤਾ ਗਿਆ ਸਿੱਖਾਂ ਵੱਲੋਂ, ਸਿੱਖ ਕੌਮ ਵੱਲੋਂ। ਲੇਕਿਨ ਇਹਨਾਂ ਨੇ ਆਉਣ ਸਾਰ ਐਸੇ ਸੰਤ ਕ੍ਰੀਏਟ ਕਰ ਦਿੱਤੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਮਿਰੇਕਲਸ ਅਟੈਚ ਕਰ ਦਿੱਤੇ ਆ ਜੀ। ਔਰ ਉਹ ਸਾਰੇ ਐਕਸ ਆਰਮੀ ਦੇ ਬੰਦੇ ਸੀਗੇ, ਅੰਗਰੇਜ਼ੀ ਫੌਜ ਦੇ ਚ
ਸਿਪਾਹੀ ਜਾਂ ਹੋਰ ਇਸ ਕਿਸਮ ਦੇ ਉਹ ਲੋਕ ਸੀਗੇ ਔਰ ਉਹਨਾਂ ਨਾਲ ਇਹ ਕਹਿ ਦਿੱਤਾ ਦੇਖੋ ਜੀ ਫਲਾਨਾ ਸੰਤ ਇਹ ਉਸੇ ਵੇਲੇ ਪਹਿਰਾ ਦੇ ਰਿਹਾ ਉੱਥੇ ਫੌਜ ਦੇ ਵਿੱਚ ਔਰ ਦੂਸਰੇ ਪਾਸੇ ਉਹ ਫਲਾਨੀ ਜਗ੍ਹਾ ਦੇ ਉੱਤੇ ਜਾ ਕੇ ਬੈਠਾ ਲੰਗਰ ਛਕਾ ਰਿਹਾ ਔਰ ਇਸ ਕਿਸਮ ਦੇ ਮਿਰੇਕਲਸ ਉਹਨਾਂ ਨਾਲ ਅਟੈਚ ਕਰਕੇ ਉਹਨਾਂ ਦੀ ਕ੍ਰੈਡੀਬਿਲਿਟੀ ਬਹੁਤ ਹਾਇਰ ਲੈਵਲ ਤੇ ਐਸਟੈਬਲਿਸ਼ ਕਰ ਦਿੱਤੀ ਤਾਂ ਕਿ ਉਹ ਸਿੱਖਾਂ ਨੂੰ ਗੁੰਮਰਾਹ ਕਰ ਸਕਣ ਔਰ ਸਿੱਖੀ ਨਾਲ ਸਿੱਖੀ ਦੀ ਜਿਹੜੀ ਸਪਿਰਿਟ ਆ ਉਸ ਦੇ ਨਾਲ ਉਹਨਾਂ ਨੂੰ ਤੋੜ ਸਕਣ ਇਹ ਬਹੁਤ ਵੱਡੀ ਸਾਜਿਸ਼ ਹੈ ਔਰ ਉਹ ਸਾਜਿਸ਼ ਦੇ ਅੱਜ ਤੱਕ ਅਸੀਂ ਖਮਿਆਜ਼ੇ ਭੁਗਤ ਰਹੇ ਹਾਂ ਮਾਨ ਸਾਹਿਬ ਜੀ ਜੀ ਅੱਜ ਸਿੱਖਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਕੀ ਹੈ ਸੰਤ ਸਮਾਜ ਮੈਂ ਤੁਹਾਨੂੰ ਇਹ ਸਵਾਲ ਕਰਦਾ ਤੁਸੀਂ ਜਰਾ ਇਸ ਦਾ ਚਿੰਤਨ ਕਰਕੇ ਦੇਖੋ ਦੁਨੀਆਂ ਦੇ ਵਿੱਚ ਕਿਸੇ ਕਮਿਊਨਿਟੀ ਦੇ ਵਿੱਚ ਇਸ ਕਿਸਮ ਦੀ ਪ੍ਰਕਿਰਿਆ ਨਹੀਂ ਹੈਗੀ ਜਿਹੜੀ ਸਿੱਖਾਂ ਦੇ ਵਿੱਚ ਅੰਗਰੇਜ਼ਾਂ ਨੇ ਇੰਟਰੋਡਿਊਸ ਕੀਤੀ ਸਿੱਖੀ ਨੂੰ ਖਤਮ ਕਰਨ ਦੇ ਲਈ ਔਰ ਉਹ ਕੀ ਹੈ ਕਿ ਦੇਖੋ ਜੀ ਸੰਤ ਸਮਾਜ ਆ ਕਿਸੇ ਹਿੰਦੂਆਂ ਦੇ ਵਿੱਚ ਤਾਂ ਸੰਤ ਸਮਾਜ ਹੈ ਨੀ ਮੁਸਲਮਾਨਾਂ ਚ ਸੰਤ ਸਮਾਜ ਹੈ ਨੀ ਈਸਾਈਆਂ ਚ ਸੰਤ ਸਮਾਜ ਸਮਾਜ ਤਾਂ ਇੱਕ ਸੋਸਾਇਟੀ ਹੁੰਦੀ ਹੈ ਜਿਹਦੇ ਹਰ ਕਿਸਮ ਦੇ ਲੋਕ ਹੁੰਦੇ ਆ ਲੇਕਿਨ ਇੱਥੇ ਖਾਸ ਤੌਰ ਤੇ ਸੰਤ ਸਮਾਜ ਆ ਜਿਹਦਾ ਜਿਹੜਾ ਹੁਣ ਤੱਕ ਜਿਹੜੀ ਅੱਗ ਲਾਈ ਸੀ ਅੰਗਰੇਜ਼ਾਂ ਨੇ ਸਿੱਖੀ ਨੂੰ ਖਤਮ ਕਰਨ ਦੀ ਉਹਦੇ ਭਾਂਬੜ ਹੁਣ ਵੀ ਮੱਚ ਰਹੇ ਅੱਜ ਸੰਤ ਸਮਾਜ ਬੜਾ ਹਾਵੀ ਆ ਔਰ ਉਹ ਸੰਤ ਸਮਾਜ ਯਤਨਸ਼ੀਲ ਹੈ ਸਿੱਖੀ ਦੀ ਸਪਿਰਿਟ ਨੂੰ ਖਤਮ ਕਰਨ ਦੇ ਲਈ ਹੁਣ ਉਸ ਤੋਂ ਇਲਾਵਾ ਕੀ ਹੈ ਜੀ ਕਿ ਉਹਨਾਂ ਨੇ ਜਦੋਂ ਅੰਗਰੇਜ਼ ਇਸ ਮੁਲਕ ਤੋਂ ਜਾਣ ਲੱਗੇ ਉਹਨਾਂ ਨੇ ਹਿੰਦੂਆਂ ਨੂੰ ਇੱਕ ਫਰੇਮਵਰਕ ਦਿੱਤਾ ਮੇਰੀ ਕਿਤਾਬ ਆ ਕ੍ਰਿਟੀਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ ਉਸ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ ਉਹਨਾਂ ਨੇ ਕਿਹਾ ਵੀ ਜਿੰਨੀ ਦੇਰ ਤੱਕ ਤੁਸੀਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਪਿਰਿਟ ਨਾਲੋਂ ਤੋੜਦੇ ਨਹੀਂ ਉਨੀ ਦੇਰ ਤੱਕ ਤੁਹਾਨੂੰ ਇਸ ਮੁਲਕ ਦੇ ਵਿੱਚ ਰਾਜ ਕਰਨਾ ਮੁਸ਼ਕਿਲ ਹੋ ਜਾਏਗਾ ਤੋ ਉਹਨਾਂ ਨੇ ਇੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼੍ਰੀ ਖੜਾ ਕਰ ਦਿੱਤਾ ਉਹਦੀ ਇੰਟੈਗ੍ਰਿਟੀ ਦਾ ਕਿਉਂਕਿ ਉਹਦਾ ਇਤਿਹਾਸ ਆ ਜਿਹੜੀ ਕਰਤਾਰਪੁਰੀ ਬੀੜ ਓਰਿਜਨਲ ਬੀੜ ਆ ਉਹਦਾ ਆਪਣਾ ਇਤਿਹਾਸ ਆ ਇੱਕ ਤੇ ਉਸ ਇਤਿਹਾਸ ਦੇ ਮੁਤਾਬਕ ਗੁਰੂਆਂ ਨੇ ਆਪਣੇ ਪਰਿਵਾਰਾਂ ਦੀਆਂ ਸ਼ਹਾਦਤਾਂ ਦਿੱਤੀਆਂ ਉਸ ਦੀ ਸੈਂਕਟੀਟੀ ਨੂੰ ਪ੍ਰਜ਼ਰਵ ਕਰਨ ਦੇ ਲਈ ਉਸ ਦੀ ਇੰਟੈਗ੍ਰਿਟੀ ਨੂੰ ਪ੍ਰਜ਼ਰਵ ਕਰਨ ਦੇ ਲਈ ਜਿਸ ਤਰ੍ਹਾਂ ਗੁਰੂ ਹਰਰਾਏ ਸਾਹਿਬ ਨੇ ਰਾਮ ਰਾਜ ਦੀ ਸ਼ਹਾਦਤ ਦਿੱਤੀ ਇੱਕ ਲਫ਼ਜ਼ ਬਦਲਣ ਦੇ ਉੱਤੇ ਰਾਮ ਰਾਜ ਦੀ ਸ਼ਹਾਦਤ ਦਿੱਤੀ ਔਰ ਉਹ ਇਨ ਓਰਿਜਿਨਲ ਫਾਰਮ ਇਨ ਦੀ ਸੇਮ ਸਪਿਰਿਟ ਇਨ ਦੀ ਸੇਮ ਕੰਟੈਂਟ ਅੱਜ ਸਾਡੇ ਕੋਲ ਸਾਡੀ ਖੁਸ਼ਕਿਸਮਤੀ ਆ ਕੌਮ ਦੀ ਉਸੇ ਕਰਕੇ ਅਸੀਂ ਸਰਵਾਈਵ ਕਰ ਰਹੇ ਹਾਂ ਕਿ ਉਸ ਦੀ ਜਿਹੜੀ ਓਰਿਜਿਨਲ ਬੀੜ ਆ ਉਹ ਮਾਕੂਲ ਹੈਗੀ ਉਹ ਪਈ ਆ ਉਹ ਕਰਤਾਰਪੁਰ ਦੇ ਵਿੱਚ ਸੋਢੀਆਂ ਦੇ ਕੋਲ ਪਈ ਆ ਤੋ ਮੇਰਾ ਮਤਲਬ ਕਹਿਣ ਤੋਂ ਇਹ ਆ ਦੇਖੋ ਕੀ ਕਰਨਾ ਅੱਜ ਜਾਲੀ ਸੰਤ ਖੜੇ ਕਰੇ ਇਸੇ ਤਰੀਕੇ ਦੇ ਨਾਲ ਉਸ ਉਹਨਾਂ ਨੇ ਹੁਣ ਇੱਕ ਬੜਾ ਵੱਡਾ ਸਮਾਜ ਬਣਾ ਲਿਆ ਕੋਈ ਵੀ ਜਿਹੜੀ ਸਿੱਖ ਗੱਲ ਕਰਦੇ ਆ ਆਪਣੀ ਜਿਹੜੀ ਜੋ ਵੀ ਆ ਉਹਨਾਂ ਦੀ ਜਿਹੜੀ ਇੰਟੈਗ੍ਰਿਟੀ ਆ ਉਸ ਨੂੰ ਕਾਇਮ ਕਰਨ ਦੇ ਲਈ ਉਸੇ ਵੇਲੇ ਉਹਦੀ ਓਪੋਜੀਸ਼ਨ ਖੜੀ ਹੋ ਜਾਂਦੀ ਆ ਸੰਤ ਸਮਾਜ ਰਾਹੀਂ ਇਸ ਤਰੀਕੇ ਦੇ ਨਾਲ ਤੁਸੀਂ ਕੈਲੰਡਰ ਬਣਵਾਇਆ ਨਾਨਕ ਸ਼ਾਹੀ ਕੈਲੰਡਰ ਬਣਵਾਇਆ ਕਿਤਨਾ ਕੰਮ ਕੀਤਾ ਉਸ ਸ਼ਖਸ ਨੇ ਜਿਸਨੇ ਇਸ ਨੂੰ ਬਣਾਇਆ ਔਰ ਦੁਨੀਆਂ ਚ ਉਸ ਨੂੰ ਐਸਟੈਬਲਿਸ਼ ਕੀਤਾ ਲੇਕਿਨ ਸੰਤ ਸਮਾਜ ਦੇ ਰਾਹੀਂ ਅੱਜ ਦੀ ਜਿਹੜੀ ਹਿੰਦੁਸਤਾਨ ਦੀ ਤਾਕਤਵਰ ਜਿਹੜੀ ਜਥੇਬੰਦੀ ਹੈ ਮੈਂ ਉਹਦਾ ਨਾਂ ਬਾਅਦ ਚ ਲਊਂਗਾ ਉਹਨਾਂ ਨੇ ਉਸ ਨੂੰ ਖਤਮ ਕਰਾ ਦਿੱਤਾ ਲਾਗੂ ਹੋਇਆ ਵਿਆ ਜੀ ਮਤਲਬ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਲਾਗੂ ਕੀਤਾ ਵਿਆ ਪੰਜਾਬ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਹੋਇਆ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹਿੰਦੁਸਤਾਨ ਦੀ ਸਰਕਾਰ ਕਿਹੜੇ ਕੈਲੰਡਰ ਤੇ ਚੱਲ ਰਹੀ ਹੈ ਸੂਰਜਿਆ ਕੈਲੰਡਰ ਤੇ ਚੱਲ ਰਹੀ ਹੈ ਚੰਦਰਮਾ ਕੈਲੰਡਰ ਤੇ ਚੱਲ ਰਹੀ ਹੈ ਸੂਰਜਿਆ ਕੈਲੰਡਰ ਤੇ ਜਦੋਂ ਅਸੀਂ ਸੂਰਜਿਆ ਕੈਲੰਡਰ ਆਪਣੀ ਆਪਣਾ ਨਾਨਕ ਸ਼ਾਹੀ ਕੈਲੰਡਰ ਬਣਾਇਆ ਸੂਰਜ ਦੀ ਆਧਾਰ ਦੇ ਉੱਤੇ ਤਾਂ ਉਸ ਨੂੰ ਖਤਮ ਕਰ ਦਿੱਤਾ ਗਿਆ ਤੋ ਇਹ ਸਾਰੀ ਬਹੁਤ ਵੱਡੀ ਸਾਜਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਥਾਰਿਟੀ ਨੂੰ ਡਿਲਿਊਟ ਕਰਨ ਲਈ ਔਰ ਜੇ ਕੋਈ ਸਿੱਖ ਕਦਮ ਇਸ ਕਿਸਮ ਦਾ ਉਠਾਉਂਦੇ ਆ ਕਿ ਉਹਨਾਂ ਦੀ ਜਿਹੜੀ ਆਈਡੈਂਟਿਟੀ ਆ ਉਹ ਕਾਇਮ ਰਹੇ ਔਰ ਉਹ ਸੋਵਰਨ ਆਈਡੈਂਟਿਟੀ ਗੁਰੂ ਨੇ ਆਪ ਇੰਟਰੋਡਿਊਸ ਕੀਤੀ ਹੋਈ ਆ ਦੇਖੋ ਉਹ ਸਾਰੀ ਚੀਜ਼ ਨੂੰ ਖਤਮ ਕੀਤਾ ਜਾ ਰਿਹਾ ਹੌਲੀ ਹੌਲੀ ਸਲੋਲੀ ਐਂਡ ਗ੍ਰੈਜੂਅਲੀ ਲੇਕਿਨ ਮੈਨੂੰ ਅੱਜ ਖੁਸ਼ੀ ਇਸ ਗੱਲ ਦੀ ਬਹੁਤ ਹੈ ਔਰ ਮੈਨੂੰ ਬਹੁਤ ਤਸੱਲੀ ਆ ਸਾਰੀ ਦੁਨੀਆਂ ਦੇ ਵਿੱਚ ਇੱਕ ਆਵਾਜ਼ ਬੁਲੰਦ ਹੋ ਚੁੱਕੀ ਹੈ ਅਗੇਂਸਟ
ਦਿਸ ਬਚਿੱਤਰ ਨਾਟਕ ਜਿਹੜਾ ਇੱਕ ਸਕਟੀਸ਼ੀਅਸ ਗ੍ਰੰਥ ਹੈ ਜਿਹੜਾ ਸਿੱਖਾਂ ਦੇ ਉੱਤੇ ਇੰਪੋਜ਼ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਿਆ ਜਾ ਸਕੇ। ਤੋ ਇਹ ਅੰਗਰੇਜ਼ਾਂ ਦੀ ਇੰਟਰੋਡਿਊਸ ਕੀਤੀ ਹੋਈ ਬੇਈਮਾਨੀ ਤਰੀਕੇ ਦੇ ਨਾਲ ਸਿੱਖੀ ਨੂੰ ਖਤਮ ਕਰਨ ਦੀ ਚਾਲ, ਔਰ ਗੁਰਦੁਆਰਿਆਂ ਤੇ ਕਾਬਜ਼, ਅੱਜ ਵੀ ਗੁਰਦੁਆਰਿਆਂ ਤੇ ਦੇਖੋ ਦਿੱਲੀ ਦੇ ਵਿੱਚ ਕੀ ਹੋਇਆ, ਬੰਗਲਾ ਸਾਹਿਬ ਗੁਰਦੁਆਰਾ ਕਿਹਦੇ ਕਬਜ਼ੇ ਵਿੱਚ ਆ, ਉਹ ਸਾਰੀ ਦੁਨੀਆਂ ਨੂੰ ਪਤਾ ਕਿ ਉੱਥੇ ਜਿਹੜਾ ਸਿਰਸਾ ਹੈ ਜਿੰਦਰ ਸਿੰਘ ਸਿਰਸਾ, ਉਹ ਕਿਹਦਾ ਨੁਮਾਇੰਦਾ, ਉਹ ਬੀਜੇਪੀ ਦਾ ਨੁਮਾਇੰਦਾ, ਬੀਜੇਪੀ ਦੀ ਟਿਕਟ ਤੇ MLA ਜਿੱਤਿਆ ਸੀ, ਔਰ ਉਹ ਬੀਜੇਪੀ ਉਸ ਤੋਂ ਇਹ ਕੰਮ ਕਰਤੂਤਾਂ ਕਰਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹਦੀ ਵਾਈਫ ਸਰਸੇ ਹੋਣਾ ਦੀ ਅਜੇ ਤੱਕ ਵੀ ਮੇਰੇ ਖਿਆਲ ਉੱਥੇ ਕੌਂਸਲ ਮੈਂਬਰ ਹੈ ਜਾਂ ਕੁਛ ਹੋਰ ਬੀਜੇਪੀ ਵਾਲੀਆਂ ਹੋਏਗੀ, ਮੈਨੂੰ ਉਹਦੇ ਬਾਰੇ ਪਤਾ ਨੀ, ਮੈਂ ਕਿਸੇ ਦੇ ਪਰਿਵਾਰ ਬਾਰੇ ਬਹੁਤੀ ਗੱਲ ਕਰਨਾ ਪਸੰਦ ਨੀ ਕਰਦਾ, ਪਰ ਆਪਾਂ ਉਸ ਦੇ ਕਿਰਦਾਰ ਦੀ, ਉਸ ਦੀਆਂ ਕਰਤੂਤਾਂ ਦੀ ਉਹ ਗੱਲ ਕਰਨੀ ਸਹੀ, ਆਪਾਂ ਉਹਦੇ ਪਰਿਵਾਰ ਦੇ ਅੰਦਰ ਨੀ ਜਾਣਾ ਕਿਉਂਕਿ ਬੱਚੇ ਆ ਉਸ ਜੋ ਵੀ, ਉਹ ਮੈਨੂੰ ਉਸਦੇ ਬਾਰੇ ਬਹੁਤਾ ਜਿਆਦਾ ਪਤਾ ਵੀ ਨੀ, ਮੈਂ ਐਵੇਂ ਤੁਹਾਨੂੰ ਝੂਠ ਬੋਲਾਂ, ਲੇਕਿਨ ਮੈਨੂੰ ਜੋ ਕਿਰਦਾਰ ਉਸ ਆਦਮੀ ਦਾ ਹੈ ਉਹ ਤੁਹਾਨੂੰ ਕਰਕੇ ਦਿਖਾ ਦਿੱਤਾ ਜੀ ਜੀ, ਉਹ ਕੋਈ ਇਸ ਕਿਸਮ ਦੀ ਲੁਕੀ ਛਿਪੀ ਗੱਲ ਨੀ ਹੈ। ਓਪਨ ਦੇ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਗਮਨ ਦਿਵਸ ਦੇ ਉੱਪਰ, ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਗਮਨ ਦਿਵਸ ਮਨਾਇਆ ਜਾਣਾ ਚਾਹੀਦਾ ਸੀ, ਉਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜੈਂਸ ਦੇ ਵਿੱਚ ਬਚਿੱਤਰ ਨਾਟਕ ਦਾ ਜਿਹੜਾ ਵਿਖਿਆਨ ਕਰਾਇਆ ਜਾ ਰਿਹਾ। ਅੱਛਾ, ਹੁਣ ਇਸ ਲਈ ਮੈਂ ਇੱਕ ਤੁਹਾਨੂੰ ਬਹੁਤ ਹੋਰ ਸੈਂਸਿਟਿਵ ਗੱਲ ਦੱਸਦਾ, ਜਿਹੜੇ ਦੋ ਐਕਟ ਆ ਗਵਰਨਮੈਂਟ ਆਫ ਇੰਡੀਆ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ ਜੋ ਇੰਟਰ ਸਟੇਟ ਆ, ਪੰਜਾਬ ਦੇ ਵਿੱਚ ਵੀ ਚੱਲ ਲਾਗੂ ਆ, ਉਹ ਹਰਿਆਣੇ ਚ ਵੀ ਲਾਗੂ ਆ, ਚੰਡੀਗੜ੍ਹ ਵੀ ਯੂਨੀਅਨ ਟੈਰੀਟਰੀ ਚ ਲਾਗੂ ਆ, ਹਿਮਾਚਲ ਚ ਵੀ ਲਾਗੂ ਆ। ਬਿਲਕੁਲ, ਜਿਹੜਾ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਦਾ ਐਕਟ ਆ ਉਹ ਦਿੱਲੀ ਦੇ ਵਿੱਚ ਲਾਗੂ ਆ, ਜਿਹੜੇ ਦਿੱਲੀ ਦੇ ਇਤਿਹਾਸਕ ਸਾਡੇ ਸਿੱਖ ਗੁਰਦੁਆਰੇ ਆ। ਹੁਣ ਉਹਨਾਂ ਦੇ ਵਿੱਚ ਮਾਨ ਸਾਹਿਬ ਇੱਕ ਗੱਲ ਬਹੁਤ ਹੀ ਜ਼ਿਆਦਾ ਸੈਂਸੀਬਲ ਗੱਲ ਆ, ਉਸ ਐਕਟ ਦੇ ਵਿੱਚ ਸਿੱਖ ਸਭ ਤੋਂ ਪਹਿਲਾਂ ਸਿੱਖ ਆਈਡੈਂਟੀ ਡਿਫਾਈਨ ਕੀਤੀ ਹੋਈ ਆ ਦੋਨਾਂ ਐਕਟਾਂ ਦੇ ਵਿੱਚ, ਤੇ ਸਿੱਖ ਕੌਣ ਆ ਜੀ, ਤੇ ਸਿੱਖ ਕੌਣ ਆ, ਤਾਂ ਹੀ ਤਾਂ ਐਕਟ ਬਣੇਗਾ ਜੀ। ਉਸ ਦੇ ਵਿੱਚ ਜਿਹੜਾ ਉਸ ਜਿਹੜੀ ਸਿੱਖ ਦੀ ਡੈਫੀਨੇਸ਼ਨ ਆ, ਸਿੱਖ ਦੀ ਆਈਡੈਂਟੀ ਡਿਫਾਈਨ ਕੀਤੀ, ਉਹ ਕੀ ਆ, ਜੋ ਆਦਮੀ ਦਸਾਂ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਕਸ਼ਾਤ ਮੰਨਦਾ ਹੈ ਉਹ ਸਿੱਖ ਹੈ, ਦੋਨਾਂ ਚ ਡਿਫਾਈਨ ਕੀਤੀ ਜੀ। ਕਿਸੇ ਜਗ੍ਹਾ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਹੋਰ ਗ੍ਰੰਥ ਦਾ ਰੈਫਰੈਂਸ ਨਹੀਂ ਦੋਨਾਂ ਐਕਟਾਂ ਦੇ ਵਿੱਚ, ਦੋਨਾਂ ਐਕਟਾਂ ਦੇ ਵਿੱਚ ਕਿਸੇ ਹੋਰ ਗ੍ਰੰਥ, ਕਿਸੇ ਹੋਰ ਕਿਤਾਬ, ਕਿਸੇ ਹੋਰ ਚੀਜ਼ ਦਾ ਕੋਈ ਰੈਫਰੈਂਸ ਨਹੀਂ, ਕਿਸੇ ਹੋਰ ਆਦਮੀ ਦਾ, ਕਿਸੇ ਸੰਤ ਸੁੰਤ ਦਾ ਰੈਫਰੈਂਸ ਨਹੀਂ ਹੈ। ਤੋ ਕਿੱਥੋਂ ਲੈ ਰਹੇ ਤੁਸੀਂ ਇਹ ਬਚਿੱਤਰ ਨਾਟਕ, ਔਰ ਫਿਰ ਨਾਟਕ ਆ ਡਰਾਮਾ ਇਹ, ਕੋਈ ਬੰਦਾ ਆਪਣੀ ਆਟੋਬਾਇਓਗ੍ਰਾਫੀ ਲਿਖੇਗਾ, ਇੱਕ ਸਵਾਲ ਆ ਮੇਰਾ, ਉਹ ਆਪਣੀ ਆਟੋਬਾਇਓਗ੍ਰਾਫੀ ਨੂੰ ਮਾਨ ਸਾਹਿਬ ਨਾਟਕ ਥੋੜੋ ਕਹੇਗਾ, ਉਹ ਤਾਂ ਕਹੇਗਾ ਮੇਰਾ ਜੋ ਮੈਂ ਲਿਖ ਰਿਹਾ ਉਹ ਅਸਲੀਅਤ ਹੈ, ਉਹ ਰੀਅਲ ਹੈ। ਤੋ ਜਦੋਂ ਕੋਈ ਚੋਰ ਚੋਰੀ ਕਰਦਾ ਤਾਂ ਉਸ ਦੇ ਵਿੱਚ ਕੋਈ ਮੋਰੀ ਜ਼ਰੂਰ ਰਹਿ ਜਾਂਦੀ, ਕਿਉਂਕਿ ਪਰਮਾਤਮਾ ਦਾ ਜਿਹੜੀ ਅਟਲ ਸੱਚਾਈ ਦਾ ਇੱਕ ਬਹੁਤ ਵੱਡਾ ਇਫੈਕਟ ਹੁੰਦਾ ਕਿ ਉਸ ਦੇ ਵਿੱਚ ਸੱਚਾਈ ਦੇ ਉੱਤੇ ਹੀ ਤੁਸੀਂ ਦੁਨੀਆਂ ਚ ਵਿਚਰ ਸਕਦੇ ਹੋ। ਤਾਂ ਜਿਨ੍ਹਾਂ ਬੰਦਿਆਂ ਨੇ ਇਹ ਸਾਰੀ ਚੀਜ਼ ਸ਼ਰਾਰਤ ਕੀਤੀ ਉਹਨਾਂ ਨੇ ਉਹਦਾ ਪਹਿਲਾ ਨਾਂ ਰੱਖ ਦਿੱਤਾ ਬਚਿੱਤਰ ਨਾਟਕ। ਨਾਟਕ ਡਰਾਮਾ ਹੈ, ਨਾਟਕ ਅਸਲੀਅਤ ਨਹੀਂ ਹੋ ਸਕਦੀ, ਤੁਹਾਨੂੰ ਪਤਾ ਹੀ ਆ, ਸ਼ੇਕਸਪੀਅਰ ਨੇ, ਤੁਸੀਂ ਲਿਟਰੇਚਰ ਦੇ ਮਾਹਰ ਹੋ, ਸ਼ੇਕਸਪੀਅਰ ਨੇ 36 ਨਾਟਕ ਲਿਖੇ ਆ ਔਰ ਉਹ ਦੁਨੀਆਂ ਦੇ ਵਿੱਚ ਪ੍ਰਚਲਿਤ ਆ, ਉਹਨਾਂ ਦੇ ਕਰੈਕਟਰ ਜਿਹੜੇ ਉਹਨਾਂ ਦੇ ਕਰੈਕਟਰ ਆ ਉਹਨਾਂ ਨਾਟਕਾਂ ਦੇ, ਉਹ ਘਰ ਘਰ ਯੂਨੋ ਲੋਕ ਉਹਨਾਂ ਨੂੰ ਜਾਣਦੇ ਆ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ। ਤੋ ਮੇਰਾ ਪਰ ਉਹ ਅਸਲੀਅਤ ਥੋੜੋ ਹੈਗੀ, ਉਹ ਅਸਲੀਅਤ ਥੋੜੋ ਹੈਗੀ, ਲੇਕਿਨ ਇਹ ਗੱਲ ਜਾਣੀ ਜਦੋਂ ਉਹਨਾਂ ਨੇ ਇਹ ਨਾਂ ਰੱਖ ਦਿੱਤਾ, ਫਿਰ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਇਹ ਤਾਂ ਗਲਤੀ ਹੋ ਗਈ, ਫਿਰ ਉਹਨਾਂ ਨੇ ਕਿਹਾ ਵੀ ਇਹਦਾ ਨਾਂ ਬਦਲੋ ਬਈ, ਦਸਮ ਗ੍ਰੰਥ ਕਰ ਦੋ, ਫਿਰ ਦਸਮ ਗ੍ਰੰਥ ਕਰਕੇ ਵੀ ਨੀ ਗੱਲ ਬਣੀ ਪੂਰੀ, ਫਿਰ ਉਹਨਾਂ ਨੇ ਕਿਹਾ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ, ਮਤਲਬ ਤਿੰਨ ਨਾਂ ਰੱਖ ਦੇ, ਤਿੰਨ ਨਾਂ ਰੱਖਣ ਤੋਂ ਬਾਅਦ ਵੀ ਗੱਲ ਨਹੀਂ ਬਣੀ। ਹੁਣ ਗੱਲ ਇਹ ਆ, ਮੈਂ ਇੱਥੇ ਜਾ ਕੇ ਤੁਹਾਨੂੰ ਥੋੜੀਆਂ ਜਿਹੀਆਂ ਬਹੁਤ ਹੀ ਇੰਪੋਰਟੈਂਟ ਤੇ ਸਿਗਨੀਫਿਕੈਂਟ ਗੱਲਾਂ ਦੱਸਣ ਲੱਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਝਗੜੇ ਚੱਲੇ, ਕਿਸੇ ਔਰਤ ਨੇ ਪਟਿਆਲੇ ਦੇ ਨੇੜੇ ਇੱਕ ਪਿੰਡ ਆ
ਉਸ ਦੇ ਵਿੱਚ ਉਸਦਾ ਉਹਦੇ ਬੱਚਾ ਨਹੀਂ ਸੀ ਕੋਈ। ਉਸ ਔਰਤ ਨੇ ਆਪਣੀ ਜ਼ਮੀਨ ਜਿਹੜੀ ਸੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਗਵਾ ਦਿੱਤੀ। ਤਾਂ ਉਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਉਹ ਕਿਸੇ ਡੇਰੇ ਚ ਪਿਆ ਸੀ, ਸਾਧ ਦੇ ਡੇਰੇ ਚ ਪਿਆ ਸੀ। ਉਸ ਸਾਧ ਦੇ ਡੇਰੇ ਨੇ ਉਸ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਆਬਜੈਕਟ ਕੀਤਾ ਵੀ ਇਹ ਤੋਂ ਹੋ ਨਹੀਂ ਸਕਦਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਦਿੱਤੀ ਗਈ ਜ਼ਮੀਨ ਹੈ, ਪ੍ਰਾਪਰਟੀ ਹੈ। ਤਾਂ ਕੇਸ ਚੱਲ ਪਿਆ ਲੋਅਰ ਕੋਰਟ ਤੋਂ ਹਾਈ ਸੈਸ਼ਨ ਕੋਰਟ, ਸੈਸ਼ਨ ਕੋਰਟ ਤੋਂ ਹਾਈ ਕੋਰਟ, ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਚੱਲਿਆ ਗਿਆ, ਅਪੀਲ ਕਰਦੇ ਚਲੇ ਗਏ। ਤਾਂ ਸੁਪਰੀਮ ਕੋਰਟ ਦੇ ਫੁੱਲ ਬੈਂਚ ਨੇ, ਇੰਡੀਅਨ ਸੁਪਰੀਮ ਕੋਰਟ ਦੇ ਫੁੱਲ ਬੈਂਚ ਨੇ ਇਹ ਫੈਸਲਾ ਦਿੱਤਾ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਿੱਖਾਂ ਦਾ ਉਹ ਜੁਰਿਸਟਿਕ ਪਰਸਨ ਹੈ। ਜੁਰਿਸਟਿਕ ਪਰਸਨ, ਜੁਰਿਸਟਿਕ ਪਰਸਨ ਦਾ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਮੈਂ ਤੁਸੀਂ ਇੱਕ ਜੁਰਿਸਟਿਕ ਪਰਸਨ ਹੋ, ਸਾਰਾ ਹਿਊਮਨ ਬੀਂਗ ਜੁਰਿਸਟਿਕ ਪਰਸਨ ਆ। ਕਿਸ ਤਰੀਕੇ ਦੇ ਜੋ ਜੁਰਿਸਟਿਕ ਪਰਸਨ ਆ ਕਿ ਉਹਨਾਂ ਦੇ ਨਾਂ ਦੇ ਉੱਤੇ ਜ਼ਮੀਨ ਦੀ ਜਾਂ ਕਿਸੇ ਪ੍ਰਾਪਰਟੀ ਦੀ ਰਜਿਸਟਰੀ ਹੋ ਸਕਦੀ ਹੈ, ਉਹਨਾਂ ਦੇ ਨਾਂ ਦੇ ਉੱਤੇ ਉਸੇ ਜ਼ਮੀਨ ਦੀ ਮਿਊਟੇਸ਼ਨ ਜਿਸ ਨੂੰ ਕਹਿੰਦੇ ਆ ਇੰਤਕਾਲ, ਇੰਤਕਾਲ ਹੋ ਸਕਦਾ। ਹਾਂ, ਇੰਤਕਾਲ ਉਹਨੂੰ ਮਿਊਟੇਸ਼ਨ ਅੰਗਰੇਜ਼ੀ ਚ ਕਹਿੰਦੇ। ਤੋ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹਿਊਮਨ ਲੈਵਲ ਤੇ ਹੀ ਹੋ ਸਕਦੀਆਂ। ਲੇਕਿਨ ਅਮੈਰੀਕਾ ਦੇ ਵਿੱਚ ਇੱਕ ਹੋਰ ਕਾਨੂੰਨ ਆ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਉੱਥੇ ਘੋੜਿਆਂ, ਬਿੱਲੀਆਂ, ਕੁੱਤਿਆਂ ਦੇ ਨਾਂ ਦੇ ਉੱਤੇ ਵੀ ਰਜਿਸਟਰੀਆਂ ਹੋ ਜਾਂਦੀਆਂ, ਪਰ ਉਹਨਾਂ ਚ ਲਾਈਫ ਤਾਂ ਹੈ ਨਾ, ਉਹਨਾਂ ਚ ਲਾਈਫ ਤਾਂ ਹੈ। ਇੱਥੇ ਸਾਡੇ ਮੁਲਕ ਦੇ ਵਿੱਚ, ਇਸ ਮੁਲਕ ਦੇ ਵਿੱਚ ਜਿੱਥੇ ਮੈਂ ਰਹਿ ਰਿਹਾ, ਇਸ ਮੁਲਕ ਦੇ ਵਿੱਚ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਹੋਰ ਗ੍ਰੰਥ ਦੇ, ਕਿਸੇ ਹੋਰ ਆਈਡਲ ਦੇ, ਮੂਰਤੀ ਦੇ, ਕਿਸੇ ਹੋਰ ਕਿਸਮ ਦੀ ਕ੍ਰੋਸ ਤੇ, ਜਿਹੜਾ ਇਹਨਾਂ ਦਾ ਕ੍ਰੋਸ ਆ ਕ੍ਰਿਸਚਨ ਦਾ, ਰਜਿਸਟਰੀ ਨਹੀਂ ਹੋ ਸਕਦੀ ਕਿਸੇ ਪ੍ਰੋਪਰਟੀ ਦੀ। ਤਾਂ ਮੈਂ ਉਸ ਦੇ ਉੱਤੇ ਤੁਹਾਨੂੰ ਇੱਕ ਉਹ ਜਿਹੜੇ ਫੈਸਲੇ ਹੋਏ ਆ ਨਾ, ਮੈਂ ਉਹਨਾਂ ਦੇ ਰੈਫਰੈਂਸ ਨਾਲ ਤੁਹਾਡੇ ਨਾਲ ਗੱਲ ਕਰਨਾ ਕੀ ਹੋਏ ਫੈਸਲੇ। ਸੁਪਰੀਮ ਕੋਰਟ ਆਫ ਇੰਡੀਆ ਅਬਜ਼ਰਵਡ, ਅੱਗੇ ਕੋਰਟ ਆ ਜੀ, ਨੋ ਡਾਊਟ ਦੀ ਸਿੱਖ ਸਕ੍ਰਿਪਚਰ ਕੌਮਾ ਗੁਰੂ ਗ੍ਰੰਥ ਸਾਹਿਬ ਕੌਮਾ ਇਜ਼ ਏ ਸੀਕ੍ਰੇਟ ਬੁੱਕ, ਬਟ ਇਟ ਕੈਨ ਨਾਟ ਬੀ ਇਕੁਏਟਿਡ ਵਿਦ ਦਾ ਸੀਕ੍ਰੇਟ ਬੁੱਕਸ ਆਫ ਅਦਰ ਰਿਲੀਜਨਸ ਐਸ ਦੀ ਰੈਵਰੈਂਸ ਆਫ ਗੁਰੂ ਗ੍ਰੰਥ ਸਾਹਿਬ ਇਜ਼ ਬੇਸਡ ਔਨ ਡਿਫਰੈਂਟ ਕੰਸੈਪਚੁਅਲ ਫੇਥ ਬਿਲੀਫ ਐਂਡ ਐਪਲੀਕੇਸ਼ਨ ਇਨ ਕੰਪੈਰੀਜ਼ਨ ਟੂ ਦੀ ਅਦਰ ਸੀਕ੍ਰੇਟ ਬੁੱਕਸ। ਇਟ ਇਜ਼ ਦੀ ਲਿਵਿੰਗ ਐਂਡ ਇਟਰਨਲ ਗੁਰੂ ਆਫ ਦੀ ਸਿੱਖਸ ਜੀ, ਇਟ ਇਜ਼ ਦੀ ਲਿਵਿੰਗ ਐਂਡ ਇਟਰਨਲ, ਇਟਰਨਲ ਹੁੰਦਾ ਹਮੇਸ਼ਾ ਲਈ, ਟਾਈਮਲੈਸ। ਹਾਂਜੀ, ਤੋ ਦੇਖੋ ਕਿੰਨੀ ਕਲੀਅਰ ਕੱਟ ਵਰਡਿੰਗ ਹੈ, ਕਿੰਨੀ ਸਪਸ਼ਟ ਇੱਕ ਇੱਕ ਲਫ਼ਜ਼ ਦੀ ਜੋ ਅਹਿਮੀਅਤ ਆ। ਮੈਂ ਦਾਤ ਦਿੰਦਾ ਉਹਨਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ, ਫੁੱਲ ਬੈਂਚ ਆ ਮਾਨ ਸਾਹਿਬ, ਫੁੱਲ ਬੈਂਚ ਆ, ਇੱਕ ਜੱਜ ਦਾ ਨੀ ਫੈਸਲਾ ਹੈਗਾ, ਫੁੱਲ ਬੈਂਚ ਦਾ ਫੈਸਲਾ, ਜਿਸ ਦੇ ਅਗੇਂਸਟ ਅਪੀਲ ਹੋ ਨੀ ਸਕਦੀ, ਜਿਸ ਦੇ ਅਗੇਂਸਟ ਕੋਈ ਚੀਜ਼ ਕਹੀ ਨੀ ਜਾ ਸਕਦੀ। ਔਰ ਇਤਨੀ ਸਪਸ਼ਟਤਾ, ਇਤਨੀ ਲੈਂਗੁਏਜ ਦੀ ਪ੍ਰੀਸੀਜ਼ਨ ਆ, ਇਤਨੀ ਲੈਂਗੁਏਜ ਦੀ ਐਕੂਰੇਸੀ ਆ, ਜਿਹਦੀ ਇੰਤਹਾ ਹੀ ਕੋਈ ਨੀ। ਮੈਂ ਸਮਝ, ਔਰ ਇਹ ਕੀ ਹੈ ਇਹਦਾ ਫੈਸਲਾ, ਮੈਂ ਉਹਦਾ ਰੈਫਰੈਂਸ ਵੀ ਦੇ ਰਿਹਾ, ਐਸ ਜੀ ਪੀ ਸੀ ਵਰਸਿਸ ਐਸ ਐਨ ਦਾਸ 2000 ਦਾ ਕੇਸ ਆ। ਮੈਂ ਤੁਹਾਡੇ ਸਰੋਤਿਆਂ ਨੂੰ ਅਪੀਲ ਕਰਦਾ, ਜਿਸ ਨੂੰ ਕਿਸੇ ਕਿਸਮ ਦਾ ਸ਼ੰਕਾ ਹੈ ਉਹ ਇਹਦੇ ਯੂਟਿਊਬ ਤੇ ਜਾਂ ਇਹਨਾਂ ਚ ਗੂਗਲ ਤੋਂ ਕੱਢ ਕੇ ਦੇਖ ਲਓ ਵੀ ਇਹ ਕੀ ਹੈ ਫੈਸਲਾ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਮਾਨ ਸਾਹਿਬ, ਐਸ ਜੀ ਪੀ ਸੀ ਵਰਸਿਸ ਐਸ ਐਨ ਦਾਸ, ਐਸ ਐਨ ਦਾਸ 2000 ਦਾ ਫੈਸਲਾ, 2000 ਸਾਲ ਦਾ ਫੈਸਲਾ। ਇਸ ਨੂੰ ਗੂਗਲ ਤੇ ਕੰਗੋਲ ਕੇ ਕੱਢ ਕੇ ਤੁਹਾਡੇ ਸਤਿਕਾਰਯੋਗ ਜਿਹੜੇ ਸਰੋਤੇ ਆ ਉਹ ਦੇਖ ਸਕਦੇ ਆ, ਫਿਰ ਉਹ ਫੈਸਲਾ ਕਰ ਸਕਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀ ਸਟੇਟਸ ਆ, ਸਿੱਖਾਂ ਵਿੱਚ ਨਹੀਂ ਵਰਲਡ ਦੇ ਲੈਵਲ ਦੇ ਉੱਤੇ ਉਹਨਾਂ ਦੀ ਇੱਕ ਸਟੇਟਮੈਂਟ ਹੈਗੀ ਆ, ਔਰ ਉਸੇ ਕਰਕੇ ਉਸ ਦੀ ਔਕਾਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਹ ਲਿਵਿੰਗ ਬੀਂਗ ਦੀ ਔਕਾਤ ਆ, ਕਾਰਪੋਰੇਟ ਗੁਰੂ ਆ, ਜ਼ਿੰਦਾ ਜਾਗਦਾ ਗੁਰੂ ਆ ਸਾਡਾ। ਮੈਂ ਨਹੀਂ ਕਹਿ ਰਿਹਾ ਇਹ ਗੱਲ, ਇਹ ਸੁਪਰੀਮ ਕੋਰਟ ਦਾ ਫੁੱਲ ਬੈਂਚ ਦਾ ਫੈਸਲਾ ਹੈ 2000 ਸਾਲ ਦਾ। ਹੁਣ ਇੱਕ ਹੋਰ ਤੁਹਾਨੂੰ ਮੈਂ ਦੱਸਦੇ ਹਾਂ, ਇਸੇ ਤਰ੍ਹਾਂ ਦਾ ਇੱਕ ਹੋਰ ਕੇਸ ਆਇਆ, ਉਹ ਕੀ ਕਹਿੰਦਾ, ਉਹ ਹੈ ਕਿ ਗੁਰਦੁਆਰਾ ਕੀ ਚੀਜ਼ ਆ, ਗੁਰਦੁਆਰੇ ਦੀ ਡੈਫੀਨੇਸ਼ਨ ਤੇ ਝਗੜਾ ਹੋ ਗਿਆ।
ਦੇਖੋ ਸਿੱਖ ਝਗੜਾ ਸਿੱਖ ਆਪਣੀ ਐਗਜ਼ਿਸਟੈਂਸ ਹੀ ਲੜ ਰਹੇ ਇਸ ਮੁਲਕ ਦੇ ਵਿੱਚ। ਸਿੱਖਾਂ ਨੇ ਦੋ ਐਕਟ ਬਣਵਾਏ, ਐਕਟ ਦੇ ਵਿੱਚ ਕਲੈਰਿਟੀ ਨਾਲ ਸਿੱਖ ਆਈਡੈਂਟੀ ਡਿਫਾਈਨ ਕੀਤੀ, ਜੋ ਮੈਂ ਆਪ ਜੀ ਨੂੰ ਦੱਸ ਚੁੱਕਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ, ਗਵਰਨਮੈਂਟ ਆਫ ਇੰਡੀਆ ਦਾ ਐਕਟ ਆ, ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਦਾ ਐਕਟ ਆ, ਉਹ ਵੀ ਗਵਰਨਮੈਂਟ ਆਫ ਇੰਡੀਆ ਦਾ ਐਕਟ ਆ। ਉਸ ਵਿੱਚ ਸਿੱਖ ਦੀ ਡੈਫੀਨੇਸ਼ਨ ਦਿੱਤੀ ਸ਼ੁਰੂਆਤ ਦੇ ਵਿੱਚ, ਤਾਂ ਹੀ ਬਣੇਗਾ ਨਾ ਐਕਟ। ਤੋ ਉਸ ਤੋਂ ਇਲਾਵਾ ਗੁਰਦੁਆਰੇ ਨੂੰ ਡਿਫਾਈਨ ਕੀਤਾ ਸੁਪਰੀਮ ਕੋਰਟ ਦਾ, ਇਹ ਵੀ ਸੁਪਰੀਮ ਕੋਰਟ ਦਾ ਫੈਸਲਾ, ਉਹ ਕੀ ਆ ਜੀ, ਇਹਨੇ ਕੇਸ ਆਫ ਦੀ ਸੇਲੀਅੰਟ ਫੀਚਰ ਆਫ ਦੀ ਸਿੱਖ ਸ਼ਰਾਈਨਸ ਦੀ ਕੋਰਟ ਅਬਜ਼ਰਵਡ, ਅੱਗੇ ਕੋਰਟ ਆ, ਦੀ ਸੈਂਟਰਲ ਆਬਜੈਕਟ ਆਫ ਵਰਸ਼ਿਪ ਇਹਨੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਐਂਡ ਦੀ ਸਾਇਨੇਕੋਲਿਨ, ਵੀ ਮਤਲਬ ਜਿਹੜੀ ਰਿਐਲਿਟੀ ਉਹਦਾ ਈਡੀਅਮ ਆ ਉਹ ਸਾਇਨੇਕੋਲਿਨ, ਫਾਰ ਐਨ ਇੰਸਟੀਟਿਊਸ਼ਨ ਬੀਂਗ ਏ ਸਿੱਖ ਗੁਰਦੁਆਰਾ ਇਸ ਦੈਟ ਦੀਜ ਸ਼ੁਡ ਬੀ ਐਸਟੇਬਲਿਸ਼ਡ, ਦੇਰ ਸ਼ੁਡ ਬੀ ਐਸਟੇਬਲਿਸ਼ਡ ਗੁਰੂ ਗ੍ਰੰਥ ਸਾਹਿਬ ਐਂਡ ਵਰਸ਼ਿਪ ਆਫ ਦੀ ਸੇਮ ਬਾਈ ਕਨਗਰੀਗੇਸ਼ਨ। ਕਿਆ ਕਮਾਲ ਆ, ਕਿਆ ਕਮਾਲ ਆ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋ ਹੀ ਨਹੀਂ ਸਕਦਾ। ਬਿਲਕੁਲ। ਤੋ ਇਹ ਫੈਸਲਾ ਹੈ ਮਾਨਸਾ, ਮੈਂ ਤੁਹਾਡੇ ਸਰੋਤਿਆਂ ਨੂੰ ਫੇਰ ਦੱਸਣਾ, ਪ੍ਰੀਤਮ ਦਾਸ ਵਰਸਿਸ ਐਸ ਜੀ ਪੀ ਸੀ 1984, ਮੈਂ ਫੇਰ ਰਿਪੀਟ ਕਰ ਰਿਹਾ ਜੀ, ਪ੍ਰੀਤਮ ਦਾਸ ਵਰਸਿਸ ਐਸ ਜੀ ਪੀ ਸੀ 1984, ਗੂਗਲ ਨੂੰ ਖੰਗੋਲ ਕੇ ਕੱਢ ਕੇ ਤੁਹਾਡੇ ਸਰੋਤੇ ਸਾਹਿਬਾਨ ਦੇਖ ਲੈਣ ਗੁਰਦੁਆਰਾ ਕੀ ਚੀਜ਼ ਆ। ਉਸ ਦੇ ਵਿੱਚ ਕਿਸੇ ਹੋਰ ਗ੍ਰੰਥ ਦੀ, ਕਿਸੇ ਹੋਰ ਮੈਨੂਸਕ੍ਰਿਪਟ ਦੀ, ਕਿਸੇ ਹੋਰ ਕਿਤਾਬ ਦਾ ਕੋਈ ਰੈਫਰੈਂਸ ਨਹੀਂ, ਉਹ ਗੁਰਦੁਆਰਾ ਹੋ ਨਹੀਂ ਸਕਦਾ। ਜਿਸ ਦੇ ਵਿਚਿੱਤਰ ਨਾਟਕ ਹੋਏਗਾ ਉਹਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਹੈ, ਉਹਦੀ ਤਾਂ ਕੋਈ ਪ੍ਰੈਜੈਂਸ ਹੀ ਨਹੀਂ ਹੈ, ਉਹਦੀ ਕੋਈ ਐਗਜ਼ਿਸਟੈਂਸ ਹੀ ਨਹੀਂ ਹੈ। ਮਾਫ ਕਰਨਾ, ਮੈਂ ਥੋੜੋ ਕਹਿ ਰਿਹਾ ਹੈ, ਇਹ ਮੈਂ ਇਹ ਦੋਨੇ ਜਿਹੜੀਆਂ ਕੋਟੇਸ਼ਨ ਹੈਗੀਆਂ ਸੁਪਰੀਮ ਕੋਰਟ ਦੇ, ਇੰਡੀਅਨ ਸੁਪਰੀਮ ਕੋਰਟ ਦੇ ਫੁੱਲ ਬੈਂਚ ਦੇ ਫੈਸਲੇ ਨੂੰ ਆਪ ਜੀ ਦੇ ਅੱਗੇ ਰੱਖ ਰਿਹਾ, ਔਰ ਆਪ ਜੀ ਰਾਹੀਂ ਮਾਨ ਸਾਹਿਬ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਇਹ ਦੋਨੇ ਫੈਸਲੇ ਗੂਗਲ ਨੂੰ ਕੰਗੋਲ ਕੇ ਚੰਗੀ ਤਰ੍ਹਾਂ ਪੜ੍ਹ ਲੈਣ, ਫਿਰ ਕੋਈ ਸ਼ੰਕਾ ਹੀ ਨਹੀਂ ਰਹੇਗੀ, ਬਹੁਤ ਅੱਛਾ, ਕੋਈ ਡਿਸਪਿਊਟ ਨਹੀਂ ਰਹੇਗਾ, ਬਹੁਤ ਅੱਛਾ, ਕੋਈ ਝਗੜਾ ਹੀ ਨਹੀਂ ਰਹੇਗਾ। ਪ੍ਰੈਸ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸੰਪਾਦਨਾ ਹੋਈ ਸੀ, ਪੋਥੀ ਪਰਮੇਸ਼ਰ ਕਾ ਥਾਨ ਦੀ ਉਪਾਧੀ ਗੁਰੂ ਸਾਹਿਬ ਵਿੱਚ ਲਿਖਿਆ ਸੀ, ਉਸ ਸਮੇਂ ਗੁਰੂ ਰਲਾ ਪਾਉਣ ਦੇ ਯਤਨ ਸੀ ਜੋ ਕਾਮਯਾਬ ਨਹੀਂ ਹੋਏ, ਸੋ ਕਿਸੇ ਦੂਸਰੇ ਗ੍ਰੰਥ ਨੂੰ ਦਸਵੇਂ ਪਾਤਸ਼ਾਹ ਦੀ ਕਿਰਤ ਮੰਨ ਕੇ ਇੱਕ ਭੁਲੇਖੇ ਪਾਉਣ ਵਾਲੀ ਜਿਹੜੀ ਕਹਾਣੀ ਆ ਉਹਦਾ ਹੀ ਤੁਸੀਂ ਜ਼ਿਕਰ ਸੁਣਾ ਰਹੇ ਹੋ, ਤਾਂ ਕਿ ਉਹ ਭੁਲੇਖਾ ਜਿਹੜਾ ਹੈਗਾ ਉਹ ਸਰੋਤਾਂ ਦੇ ਮਨ ਵਿੱਚ ਨਾ ਰਹੇ, ਡਾਊਟ ਕ੍ਰੀਏਟ ਕਰ, ਮਿਹਰਬਾਨੀ ਮਿਹਰਬਾਨੀ। ਲੇਕਿਨ ਖੁਸ਼ਕਿਸਮਤੀ ਸਾਡੀ ਇਹ ਹੈ ਮਾਨ ਸਾਹਿਬ ਕਿ ਇਹ ਸਾਰੀ ਗੱਲ ਗੁਰੂ ਦੀ ਆਪਣੀ ਕਿਰਪਾ ਮੁਤਾਬਿਕ, ਮੈਂ ਤਾਂ ਗੁਰੂ ਨੂੰ ਮੰਨਦਾ, ਸਾਕਸ਼ਾਤ ਰੱਬ ਮੰਨਦਾ ਮੈਂ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ ਹੈ, ਉਸ ਨੇ ਇਹ ਫੈਸਲੇ ਕਰਵਾਏ ਸੁਪਰੀਮ ਕੋਰਟ ਤੋਂ ਮਹਾਰਾਜ ਨੇ, ਔਰ ਮੈਂ ਉਹ ਦਾਤ ਦਿੰਦਾ ਉਹਨਾਂ ਸੁਪਰੀਮ ਕੋਰਟ ਦੇ ਜੱਜਿਸ ਨੂੰ ਜਿਨ੍ਹਾਂ ਨੇ ਇੰਨੀ ਕਲੈਰਿਟੀ ਦੇ ਨਾਲ, ਇੰਨੀ ਪ੍ਰੀਸੀਜ਼ਨ ਦੇ ਨਾਲ, ਇੰਨੀ ਐਕੂਰੇਸੀ ਦੇ ਨਾਲ ਮਾਨ ਸਾਹਿਬ ਇਹ ਫੈਸਲੇ ਦਿੱਤੇ, ਔਰ ਉਸ ਦੀ ਲੈਂਗੁਏਜ ਇੰਨੀ ਖੂਬਸੂਰਤ ਔਰ ਇੰਨੀ ਸਿੰਪਲ ਆ, ਖੂਬਸੂਰਤ ਸਿੰਪਲ ਔਰ ਸਟ੍ਰੇਟ ਸਟਲ। ਤੋ ਮੈਂ ਕਹਿੰਦਾ ਹੁਣ ਉਸ ਤੋਂ ਬਾਅਦ ਕਿਸ ਚੀਜ਼ ਦੀ ਡਿਬੇਟ ਕਰੀਏ, ਕਿਸ ਚੀਜ਼ ਦੇ ਉੱਤੇ ਅਸੀਂ ਮਤਲਬ ਕਿਸ ਚੀਜ਼ ਤੇ ਭਰੋਸਾ ਕਰੀਏ। ਸਾਨੂੰ ਤਾਂ ਸਾਰੀ ਚੀਜ਼ ਗੁਰੂ ਦੇ ਗਿਆ ਆਪ, ਗੁਰੂ ਨੇ ਆਪਣੇ ਪਰਿਵਾਰਾਂ ਦੀਆਂ ਸ਼ਹਾਦਤਾਂ ਦੇ ਕੇ ਉਸ ਦੀ ਸੈਂਕਟਿਟੀ ਨੂੰ ਪ੍ਰੀਜ਼ਰਵ ਕੀਤਾ। ਕਿਉਂ ਕੀਤਾ, ਕਿਉਂ ਕੀਤਾ? ਇੱਕ ਲਫ਼ਜ਼ ਬਦਲਣ ਦੇ ਉੱਤੇ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਬੇਟੇ ਰਾਮ ਰਾਏ ਨੂੰ, ਜਿਸ ਨੂੰ ਉਹ ਅਤਿਅੰਤ ਪਿਆਰ ਕਰਦੇ ਸੀ ਔਰ ਉਸ ਨੂੰ ਆਪਣਾ ਜਾਨਸ਼ੀਨ ਬਣਾਉਣਾ ਚਾਹੁੰਦੇ ਸੀ, ਉਹਨਾਂ ਨੇ ਇੱਕ ਲਫ਼ਜ਼ ਮਿੱਟੀ ਮੁਸਲਮਾਨ ਦੀ ਜਗ੍ਹਾ ਬਦਲ ਕੇ ਮਿੱਟੀ ਬੇਈਮਾਨ ਕਹਿ ਦਿੱਤਾ। ਤੁਹਾਨੂੰ ਪਤਾ, ਯੂ ਨੋ ਇਟ ਬੈਟਰ ਦੈਨ ਮੀ, ਤਾਂ ਉਸ ਸ਼ਬਦ ਨੂੰ ਬਦਲਣ ਪਿੱਛੇ ਹਲੇ ਉਹ ਉੱਥੇ ਪਹੁੰਚੇ ਨੀ, ਵਾਪਸ ਗੁਰੂ ਹਰ ਰਾਏ ਦੇ ਕੋਲ ਨੀ ਪਹੁੰਚੇ ਰਾਮ ਰਾਏ, ਰਸਤੇ ਵਿੱਚ ਹੀ ਹੈ ਹੁਕਮਨਾਮਾ ਜਾਰੀ ਹੋ ਗਿਆ ਕਿ ਰਾਮ ਰਾਏ ਔਰ ਰਾਮ ਰਾਏ ਦੀਆਂ ਆਉਣ ਵਾਲੀਆਂ ਜਿਨਸਾਂ ਹਮੇਸ਼ਾ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਦਿੱਤੀਆਂ। ਦੇਖੋ ਦੇਖੋ ਤੁਸੀਂ ਕਿੱਡੀ ਕਮਾਲ ਦੀ ਗੱਲ, ਕਿੱਡੀ ਬੜੀ ਸ਼ਹਾਦਤ ਦੇ ਰਿਹਾ ਗੁਰੂ, ਕਿੱਡੀ ਬੜੀ ਸ਼ਹਾਦਤ ਕਿਸ ਪਿੱਛੇ ਦੇ ਰਿਹਾ, ਔਰ ਫਿਰ ਉਹਦੀ ਅੱਗੇ ਐਕਸਪਲੇਨੇਸ਼ਨ ਆ
के इस दा एक अखर इस दा एक शब्द इस दा कोई अंकड़ दंकड़ बदली नहीं जा सकती क्योंकि इलाही बाणी है ये रिवील्ड वर्ड है एक गुरु नू इलहाम होया इस इलहाम दे विचों निकली हुई बाणी है रब दी बाणी है इस नू बदलिया नहीं जा सकता एक लफज एक औंकड़ दौंकड़ कुछ नहीं बदली जा सकती बिल्कुल तो इस दे विच साडे कोई अधिकार नहीं है इवन पंथ भी चाहे 100% पंथ कलेक्टिव होके भी कहे भी इसका एक शब्द बदलेंगे नहीं बदलिया जा सकता सही गुरु ने इस नू सिक्के बंद किया इस नू इस तरीके नाल दुनिया विच कोई ग्रंथ है जिहड़ा रागां ते आधारित है कमाल की गल है वाह वाह इको ही ग्रंथ कॉम्प्रीहेंसिव है जी जी। कोई ऐसी चीज है ही नहीं जिहड़ी ग्रंथ तो बाहर हो सकती है अज दी साइंस अज दी टेक्नोलॉजी अज दी फिलोसफी सारिया चीजा उस दे विच गुरु ने इलहाम दे राही विच रख दित्ती है कुंजी बंद कर दिता कुंजी बंद कुंजी ला दित्ती वो खुल नहीं सकता अज जे असी जिंदा है मान साहब अज जे सिख कौम जिंदा है वो इसे चीज की बदौलत असी जिंदा साडे कोल वर्ल्ड ऑर्डर है वर्ल्ड ऑर्डर है जो श्री गुरु ग्रंथ साहब दे विच अंकित है क्यों तुसी श्री गुरु ग्रंथ साहब नू मलाइन कर रहे हो मैं उना लोकां नू जेड़े अपने आ व्याख्यान करके 10-10, 15-15, 25-25 रुपए इकट्ठे करदे जिस तरह बंता सिंह ने कीता उते मैं उना दी कॉन्शियस नू अपील करदा कि तुसी इतने गिर गए तुसी इतनी बड़ी महान जो साडे साडा विरसा है उसके उत्ते तुसी चैलेंज कर रहे हो उसके बराबर लिया के एक बेबुनियाद किस्म की जिहड़ा ग्रंथ है या बेबुनियाद किस्म का मैनुस्क्रिप्ट है उस दियां तुसी उत्ते व्याख्यान कर रहे हो उसकी प्रेजेंस कर रहे हो कानून की उलंघना कर रहे हो मेरे को इन्ने साधन नहीं है मैं दिल्ली मैनू सख्ती तकलीफ है मैं दिल्ली जा नहीं सकता मैं समझदा कि सिखा नू कलेक्टिव होके उस ते मुकदमा करना चाहिए सिरसे दे उते ते कालका जी दे उते जिस बंदे ने ए चीज अलाउ की और बंता सिंह ते भी केस होना चाहिए क्योंकि एक्ट है थोड़ा उस एक्ट की टोटल उलंघना की गई है उस दिन मैं दात दिना दिल्ली दियां संगतां नू जिन्होंने बहुत ही सहज दे विच और बहुत ही सहनशीलता दे नाल उस दा प्रोटेस्ट किया नॉन वायलेंट तरीके दे नाल पीसफुल तरीके दे नाल उस दा प्रोटेस्ट किया और मैं इत्थे मैनू खुशी है इस गल दी मैनू तसली है इस गल दी कि उस प्रोटेस्ट दे विच मान साहब कानपुर तो फरीदाबाद तो लखनऊ तो इधरों हरियाणे चो चंडीगढ़ों बंदे गए और वो मैनू इस गल दी पहला मैनू इस गल दा एहसास नहीं सी माफ करना कि भई इन्ना वड्डा प्रोटेस्ट हो गया क्योंकि लोगों नू गुमराह करने वाले बहुत संत समाज बैठा जगह जगह दे उत्ते ठीक है तो वो सारे सारे जिहड़े आ वो बचित्र नाटक दे उपाशक है और मैं थोनू एक होर गल थोड़ी जी दसना बड़ी इंटरेस्टिंग गल कुछ दिन पहला 4-5 दिन हो गए जस टीवी वाले ने मेनू लिया लाइव ऐसे वेले सुबह ही कर रहे हो ता ओ इंडिया दे सुबह थोड़ा तो मेरा ख्याल शाम होनी है हाँ जी तो मेनू उन्होंने कहा था उन्होंने एक केहर सिंह खालसे नू लिया मेरे खिलाफ और बचित्र नाटक दे हक दे विच उस बंदे ने केहर सिंह खालसे ने इको साथ 30-40 नौ लेते भी वो सारे दसम ग्रंथ दे सपोर्टर है फिर नाल ही उन्हें 10-15 जथेबंदियां दा नाम लै दिता जिदे च जिहड़ी टकसाल दा नाम भी लैता अखंड कीर्तन दा नाम भी लैता होर भी कई किस्म इको साच जी तो बाद च मैनू कहण लगे भी तुसी इस दा जवाब दिओ मैं कहा जी मैं बड़े सहज नाल जवाब दिना कि इस चीज नू अंग्रेजी च नेम ड्रॉपिंग कहिंदे आ जदों बंदे कोल कोई दलील ना होवे बंदे कोल कोई एविडेंस ना होवे नेम ड्रॉपिंग शुरू कर दिंदा जी मेरा बाप आओ सी जी मेरा ताया आओ सी जी मेरा नाना आओ सी जी मेरा पिंड आओ सी एक गल दूजी गल मैं क्या एक खालसा जी केहर सिंह खालसा जिहड़ा अपने आप नू खालसा कहांदे आ एक बहुत वड्डा नाम भुल गए जिहड़ा बहुत वड्डा दसम ग्रंथ दा सपोर्टर आ जिहदे कोल अथाह साधन पैसा अरबा खरबा रुपया
और वो मतलब खर्च भी कर रहा है इस नु एस्टेब्लिश करने लई और ओदे कोल अथाह ताकत है सियासी वो है जी आरएसएस वो आरएसएस है मैं क्या खालसा जी आरएसएस दे लो भुल गए और मैं समझदा खालसा जी अकिरतकान खालसा जी अकिरतकान क्यों जे वो मतलब विचित्र नाटक दे एडे बड़े उपाशक है एडे बड़े सपोर्टर आ ਤਾਂ ਬਚਿੱਤਰ ਨਾਟਕ ਦਾ ਸਭ ਤੋਂ ਵੱਡਾ ਸਪੋਰਟਰ ਸਭ ਤੋਂ ਤਾਕਤਵਰ ਸਪੋਰਟਰ ਜਿਹੜਾ ਲੱਖਾਂ ਅਰਬਾਂ ਖਰਬਾਂ ਰੁਪਈਆ ਖਰਚ ਕਰ ਰਿਹਾ ਉਸ ਦਾ ਤਾਂ ਨਾਂ ਹੀ ਨਹੀਂ ਲਿਆ ਇਹਨਾਂ ਨੇ ਗੱਲ ਬਹੁਤ ਇੰਪੋਰਟੈਂਟ ਆ ਮਾਨ ਸਾਹਿਬ ਜੀ ਜੀ ਜਿਹੜੇ ਲੋਕ ਜਿਸ ਤਰ੍ਹਾਂ ਇੱਕ ਲਾਂਬਾ ਸਾਹਿਬ ਹੈਗੇ ਉੱਥੇ ਨਿਊਯਾਰਕ ਦੇ ਮੇਰੇ ਨਿਊ ਜਰਸੀ ਵਗੈਰਾ ਚ ਕਿਤੇ ਰਹਿੰਦੇ ਆ ਉਹ ਹੁਣ ਇੰਨੇ ਅਕਿਰਤ ਕਹਿਣਾ ਕਿ ਉਹ ਆਰ ਐਸ ਐਸ ਦਾ ਨਾਂ ਹੀ ਨਹੀਂ ਲੈਂਦੇ ਸਭ ਤੋਂ ਵੱਡੇ ਸਪੋਰਟਰ ਤਾਂ ਆਰ ਐਸ ਐਸ ਆ ਉਹਨਾਂ ਨੇ ਮੈਂ ਤੁਹਾਨੂੰ ਇਹ ਦੱਸਾਂ ਸੁਦਰਸ਼ਨ ਜਿਹੜਾ ਪਹਿਲਾਂ ਹੁੰਦਾ ਸੀ ਨਾ ਆਰ ਐਸ ਐਸ ਚੀਫ ਬਿਲਕੁਲ ਉਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਸੀਗੀ ਕੁਛ ਸਾਲ ਪਹਿਲਾਂ ਹੁਣ ਤਾਂ ਗੁਜ਼ਰ ਗਏ ਨਾ ਤਾਂ ਹੁਣ ਤਾਂ ਮੋਹਨ ਭਗਵਤ ਹੈਗੇ ਤਾਂ ਉਹਨਾਂ ਨੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਸੀ ਅੰਮ੍ਰਿਤਸਰ ਦੇ ਵਿੱਚ ਕਿ ਅਸੀਂ ਹਰ ਕੀਮਤ ਤੇ ਲਫ਼ਜ਼ ਮੇਰੀ ਮਾਰ ਕਰਨਾ ਹਰ ਕੀਮਤ ਤੇ ਦਸਮ ਗ੍ਰੰਥ ਲਾਗੂ ਕਰਕੇ ਹੀ ਰਹਾਂਗੇ ਔਰ ਅਸੀਂ ਕਿਸੇ ਵੀ ਕੀਮਤ ਤੇ ਮਤਲਬ ਜਿਹੜਾ ਨਾਨਕ ਸ਼ਾਹੀ ਕੈਲੰਡਰ ਨਹੀਂ ਲਾਗੂ ਹੋਣ ਦੇਣਾ ਇਹ ਸਟੇਟਮੈਂਟ ਸੁਦਰਸ਼ਨ ਦੀ ਹੈ ਔਰ ਅੱਜ ਜਿਹੜਾ ਮੋਹਨ ਭਗਵਤ ਹੈ ਰਾਸ਼ਟਰੀ ਸਿੱਖ ਸੰਗਤ ਬਣੀ ਹੋਈ ਹੈ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਔਰ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਸਿੱਖ ਫੋਰਮ ਦੇ ਵਿੱਚ ਸਿੱਖ ਸ਼ੇਪ ਦੇ ਵਿੱਚ ਕੇਸ਼ ਉਹਨਾਂ ਨੇ ਰੱਖੇ ਹੋਏ ਆ ਦਾੜੀਆਂ ਸਜਾਈਆਂ ਵੀ ਆ ਪੱਗਾਂ ਬੰਨਦੇ ਆ ਉਹਨਾਂ ਦੇ ਰਾਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਕਰਾਈਆਂ ਜਾ ਰਹੀਆਂ ਹਨ ਤੋ ਇਸ ਸਾਰੀ ਸਾਜਿਸ਼ ਦੇ ਵਿੱਚ ਹਮਾਮ ਚ ਨੰਗੇ ਆ ਕੌਣ ਨੰਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ ਇਹ ਚੀਜ਼ ਸ਼ਰਾਰਤ ਸ਼ੁਰੂ ਹੋਈ ਵੀ ਆ ਉਹਨਾਂ ਨੂੰ ਵੀ ਯੂਜ਼ ਕੀਤਾ ਜਾ ਰਿਹਾ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਵੀ ਯੂਜ਼ ਕੀਤਾ ਜਾ ਰਿਹਾ ਹੁਣ ਮੈਂ ਤੁਹਾਨੂੰ ਇੱਥੇ ਦੱਸਾਂ ਆ ਭੂਮੀ ਪੂਜਨ ਹੋਇਆ ਨਾ ਅਤੇ ਰਾਮ ਜਨਮ ਭੂਮੀ ਦੇ ਉੱਤੇ ਹੁਣੇ ਜਿੱਥੇ ਪ੍ਰਾਈਮ ਮਿਨਿਸਟਰ ਨੇ ਵੀ ਸਪੀਚਸ ਦਿੱਤੀਆਂ ਉਸ ਦੀ ਮੁਬਾਰਕਬਾਦ ਤਿੰਨ ਬੰਦਿਆਂ ਨੇ ਦਿੱਤੀ ਆ ਇੰਪੋਰਟੈਂਟ ਬੰਦੇ ਆ ਕੌਣ ਆ ਉਹ ਇੰਪੋਰਟੈਂਟ ਬੰਦੇ ਅਮਰਿੰਦਰ ਸਿੰਘ ਇਸੇ ਤਰੀਕੇ ਦੇ ਨਾਲ ਦੂਸਰਾ ਹੋਰ ਕੌਣ ਆ ਜੀ ਸੁਖਬੀਰ ਬਾਦਲ ਔਰ ਤੀਸਰਾ ਕੌਣ ਆ ਜੀ ਹਰਸਿਮਰਤ ਕੌਰ ਕਿੰਨਾ ਨੇ ਉਸ ਗੱਲ ਦੇ ਉੱਤੇ ਜਿਹੜੇ ਉੱਥੇ ਦੇ ਸਾਰੇ ਰਾਮ ਜਨਮ ਭੂਮੀ ਦੇ ਜਿਨ੍ਹਾਂ ਨੇ ਪੂਜਨ ਕੀਤੀ ਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਮੈਂ ਪੁੱਛਣਾ ਚਾਹੁੰਦਾ ਕੋਈ ਸਿੱਖ ਆ ਜੋ ਮੈਂ ਤੁਹਾਨੂੰ ਡੈਫੀਨੇਸ਼ਨਾਂ ਦਿੱਤੀਆਂ ਹੈਗੀਆਂ ਜਿਹੜਾ ਸਿੱਖ ਹੈ ਉਹ ਮੂਰਤੀ ਪੂਜਾ ਦੇ ਉੱਤੇ ਮੂਰਤੀ ਪੂਜਨ ਦੇ ਉੱਤੇ ਇਸ ਕਿਸਮ ਦੀ ਮੁਬਾਰਕਬਾਦ ਦਿੰਦਾ ਉਹ ਸਿੱਖ ਨਾ ਅਮਰਿੰਦਰ ਸਿੰਘ ਸਿੱਖ ਹੈ ਨਾ ਸੁਖਵੀਰ ਸਿੰਘ ਸਿੱਖ ਆ ਨਾ ਬੀਬੀ ਹਰਸਿਮਰਤ ਕੌਰ ਸਿੱਖ ਜਿਹੜੇ ਮੂਰਤੀ ਪੂਜਨ ਦੇ ਵਿੱਚ ਇਸ ਕਿਸਮ ਦੀ ਪ੍ਰਕਿਰਿਆ ਦੇ ਵਿੱਚ ਉਹ ਕੌਣ ਉਹ ਮਸੰਦ ਹੋ ਸਕਦੇ ਗੁਰੂ ਦਸਵੇਂ ਪਾਤਸ਼ਾਹ ਨੇ ਤਿੰਨ ਸ਼ਕਤੀਆਂ ਦੇ ਖਿਲਾਫ ਲੜਾਈ ਲੜੀ ਹੈ ਮਾਨ ਸਾਹਿਬ ਪਹਿਲਾ ਸਭ ਤੋਂ ਘਾਤਕ ਦੁਸ਼ਮਣ ਜੋ ਗੁਰੂ ਨੇ ਡਿਮਾਰਕੇਟ ਕੀਤਾ ਉਹ ਮਸੰਦ ਆ ਮਸੰਦ ਕੌਣ ਮਸੰਦ ਗੁਰੂ ਦੇ ਪਹਿਰਾ ਸਿੱਖ ਦੇ ਪਹਿਰਾਵੇ ਵਿੱਚ ਆ ਸਿੱਖੀ ਦੇ ਪਹਿਰਾਵੇ ਵਿੱਚ ਆ ਸਿੱਖੀ ਦੀ ਪਹਿਚਾਣ ਵਿੱਚ ਆ ਤੋ ਗੁਰੂ ਨੇ ਕਿਹਾ ਸਭ ਤੋਂ ਵੱਡਾ ਘਾਤਕ ਦੁਸ਼ਮਣ ਮੇਰਾ ਔਰ ਮੇਰੇ ਪੰਥ ਦਾ ਕੌਣ ਆ ਮੇਰੇ ਮਤਲਬ ਪੰਥ ਦਾ ਦੁਸ਼ਮਣ ਹੈ ਮਸੰਦ ਦੂਸਰਾ ਕੌਣ ਹਿੰਦੂ ਹਿਲ ਰਾਜੇ ਹਿੰਦੂ ਹਿਲ ਰਾਜੇ ਤੀਸਰਾ ਕੌਣ ਆ ਮੁਗਲ ਸਲਤਨਤ ਮੁਗਲ ਸਲਤਨਤ ਤੋ ਮੈਂ ਇਹ ਗੱਲ ਖਾਸ ਤੌਰ ਤੇ ਦੱਸਣਾ ਚਾਹੁੰਦਾ ਤੁਹਾਡੇ ਸਰੋਤਿਆਂ ਨੂੰ ਕਿ ਇਹ ਗੱਲ ਗੁਰੂ ਆਲਰੇਡੀ ਡਿਮਾਰਕੇਟ ਕਰ ਚੁੱਕਿਆ ਔਰ ਗੁਰੂ ਇਹ ਗੱਲ ਕਹਿ ਚੁੱਕਿਆ ਵੀ ਮਸੰਦ ਰਹਿਣਗੇ ਮਸੰਦ ਲਗਾਤਾਰ ਅੱਜ ਵੀ ਇਕਬਾਲ ਸਿੰਘ ਕੌਣ ਆ ਜੀ ਜਿਹੜਾ ਇਕਬਾਲ ਸਿੰਘ ਆ ਜਿਸਨੇ ਕਿਹਾ ਵੀ ਜਿਹੜੇ ਸਿੱਖ ਆ ਲਵ ਕੁਸ਼ ਦੀ ਔਲਾਦ ਆ ਉਹ ਕੌਣ ਆ ਜੀ ਉਹ ਮਸੰਦ ਹੈ ਹੁਣ ਮੈਨੂੰ ਕਈ ਲੋਕਾਂ ਨੇ ਆਵਾਜ਼ ਉਠਾਈ ਜੀ ਉਸਨੂੰ ਪੰਥ ਵਿੱਚੋਂ ਛੇਕ ਦਿਓ ਪਰ ਮੈਂ ਉਸਦੇ ਉਲਟ ਕਿਹਾ ਮੈਂ ਕਿਹਾ ਉਸ ਨੂੰ ਕਿਵੇਂ ਤੁਸੀਂ ਛੇਕ ਸਕਦੇ ਹੋ ਉਹ ਸਿੱਖ ਹੈ ਹੀ ਨੀ ਪੰਥ ਵਿੱਚੋਂ ਤਾਂ ਮਾਨ ਸਾਹਿਬ ਸਿੱਖ ਨੂੰ ਹੀ ਛੇਕੋਗੇ ਨਾ ਇਹ ਠੀਕ ਹੈ ਜਿਹੜਾ ਸਿੱਖ ਹੀ ਨਹੀਂ ਹੈ
सिख ही नहीं है, ओनू पंथ चो तुसी किवें छेक सकदे हो। तो मेरा मतलब कहण दा आया सिखां नू सिखी दी सेंसिटिविटी समझ लेनी चाहीदी। जे तुसी उस नू पंथ चो छेकोगे तां उस नू तुसी पंथ दा पार्ट बना लोगे। तो मेरा कहना यह है कि इकबाल सिंह मसंद का हो सकता, दो कृपाना पाईया भी है, एक छोटी ते एक वड्डी आती च रखी हुई। तो मेरा मतलब कहने का यह है भी उसकी चिंता करने की लोड़ नहीं सिखा। गुरु महाराज ने आप कहा मसंद होर भी आउणगे, तो सिखा नू पहरा देना पेगा, अपने श्री गुरु ग्रंथ साहब ते पहरा देना पेगा, सिखा की आइडेंटिटी ते पहरा देना पेगा, और ओ लगातार ये लड़ाई जारी रहेगी। और ये लड़ाई जारी है, जिहड़ा गोरा सी जो इस मुल्क विचों गया वो एक फ्रेमवर्क दे गया अपने जानशीना नू जिन्हां नू हिंदुस्तान की सियासी ताकत सौंपी उन्होंने कि भाई सिक्खी नू जिन्नी देर तुसी मलिया मेट नहीं करदे, सिखां दी सिक्खी दी स्पिरिट खत्म नहीं करदे, थोनू इस मुल्क दे विच समस्यावां रहणगियां। अज जिहड़ा साडा धर्म है माफ करना, ओ की है, ओ मानवता दा धर्म है, यूनिवर्सल रिलीजन। असी किसी नैशनलिज्म दे प्रिज्म दे विच नहीं डिफाइन हो सकते। ठीक है, असी एहो जे नहीं भी असी भारत माता दे सपूत आ, नहीं, असी गुरु गोबिंद सिंह दे सपूत आ, साडी मां साहिब देवा है, असी रहण वाले केशगढ़ साहब दे। एक गल मैं माफ करना, तुसी भी जरूर देखी होनी जो पंजाबी सूबे का एजुटेशन चलता सी, जो सिख ओहदे विच जाके जांदे सी जेलां दे विच पुलिस फड़ लैंदी सी, उन्हां नूं पुछदे तेरा नाम की है, मेरा नाम जी फलाना सिंह, तेरे बाप का नाम की है, गुरु गोबिंद सिंह है जी मेरे बाप का, तेरी मां का नाम की है, साहिब देवा, और रहण वाला भाई कित्थे दा, केशगढ़ साहब। तो यह जवाब है, यह जवाब है मान साहब। अज मैं ये सारी गल सारी प्रक्रिया अपनी किताब क्रिटिक ऑफ वेस्टर्न राइटिंग ऑन सिख रिलीजन एंड हिस्ट्री ओहदे च लिखी हुई है। और मैं थोनू इत्थे होर गल दसा, मैकलोड जिसके खिलाफ आप कितनी लड़ाई लड़ी है, बिल्कुल, उसने ये गल लिखी है अपनी किताब च, अज दी नहीं 20 साल हो गए पहला लिखी, के जदों दसम ग्रंथ दा पौड़ा खुलेगा तो सिख आपस दे विच लड़ लड़ के कट कट के मरणगे। ये गल उसने लिखी हुई है। अज मैनू खुशी आ, सिख आपस लड़दे नहीं, सिखां दी बहुत मैसिव मेजोरिटी इस विचित्र नाटक की पहचान कर चुकी है, इस विचित्र नाटक की शख्सियत नूं पहचान चुके है, इस शरारत नूं जान चुके हैं। तो इस करके मैनू तां अज बहुत खुशी आ, जिस किस्म का प्रोटेस्ट मैं दिल्ली दे विच वॉच किया, इसे किस्म का मैं अज देख रहा चारे पासे, अमेरिका, कनेडा, ऑस्ट्रेलिया, न्यूजीलैंड, जिते जिते सिख वसदे आ उन्हां दे दिलां दे विच एक भावना खड़ी हो चुकी है विचित्र नाटक दे खिलाफ। और जिहड़े विचित्र नाटक दे उपाशक हैगे आ उन्हां नूं चिंता बन गई आ, उन्हां नूं चिंता बन गई आ भी हुण साडा ये जिहड़ा फ्रॉड है, ये जिहड़ा साडा मतलब साजिश है, चलन वाली नहीं, क्योंकि सिख जागरूक हो चुका है, सिख ने अपने गुरु की सही पहचान कर ली है, सिख श्री गुरु ग्रंथ साहब दे लड़न लग चुका है। होर किसे असी ग्रंथ नूं नहीं मानता देंदे, किस कोई साडा होर ग्रंथ है नहीं, मैं नहीं कह रहा, अज दा जिहड़े हिंदुस्तान दा सुप्रीम कोर्ट आ उह खुले तौर ते स्पष्ट लफ्जां दे विच दोनों एक्टां दे विच चीज अंकित आ, उन्होंने सुप्रीम कोर्ट के फैसलों विच होर अंकत है। होर तुसी की चाहुंदे हो जी? जी, श्री गुरु महाराज ने आप पोती परमेश्वर का थान कहता, दसवें पातशाह ने आप इसे पोती नू गुरु का रुतबा दिता, ओहदा एविडेंस आ उत्थे, जिहड़ा बंदा प्रेजेंट आ ओहदा नाम है ओहदे विच। तो इस करके सानू किसी किस्म की कोई चिंता करने की लोड़ नहीं, ਇਹ ਵਰਲਡ ਆਰਡਰ ਹੈ, ਵਰਲਡ ਆਰਡਰ ਦੁਨੀਆਂ ਨੂੰ ਜੇ ਕੋਈ ਰਾਹਤ ਦੇਗਾ ਉਹ ਮੈਂ ਨਹੀਂ ਕਿਹਾ, ਸੁਪਰੀਮ ਕੋਰਟ ਵੀ ਕਹਿ ਰਿਹਾ, ਇਟਰਨਲ ਜਿਹੜਾ ਪਰਮਾਨੈਂਟ ਟਾਈਮਲੈਸ ਜੀ। ਤੋਂ ਇਸ ਕਰਕੇ ਅਸੀਂ ਕਿਉਂ ਭੰਬਲ ਭੂਸੇ ਚ ਪੈ ਰਹੇ ਹਾਂ ਆਪਣੇ ਆਪ, ਕਿਉਂ ਨਹੀਂ ਅਸੀਂ ਅੱਖਾਂ ਖੋਲ ਕੇ ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹਦੇ, ਸਾਰੀਆਂ ਚੀਜ਼ਾਂ ਨੂੰ ਵਾਚ ਕਰੋ, ਸਾਰੀਆਂ ਚੀਜ਼ਾਂ ਦਾ ਸਾਰਾਂਸ਼ ਦੇਖੋ ਕੀ ਆ, ਉਹਦੀ ਸਪਿਰਿਟ ਕੀ ਆ,
तो महाराज ये सारी गल स्पष्ट हो चुकी है। हुण तां मतलब यही है भी सिख श्री गुरु ग्रंथ साहिब दे लड़ लग जाण, होर किसे कोई किताब कोई किसे साखी की जरूरत नहीं। साखियां विच भी इस किस्म दीआं बहुतियां मनघड़त गल्लां कही हुई है। इको एक साडा मतलब साक्षात गुरु है वो श्री गुरु ग्रंथ साहिब लिविंग कारपोरेट गुरु जिस दे उत्ते कोई शंके किसे किस्म दे हो नहीं सकते। जी प्रश्न वितकरियां दी गल करिए ते पंजाब जेड़ा हैगा वो खेती दे खेतर विच और डिफेंस दे खेतर च उन्होंने बहुत वड्डा योगदान पाया और पर जदो सूबे दी जुबान दे आधार दे उपर वंड होई फिर पानी दी कहानी वंड होई वितकरा जेड़ा हैगा तुसी एक विद्वान हो तुसी साडे कोल मिनट थोड़े ने लेकिन जांदे होया इस वितकरे दा भी थोड़े दा जिक्र कर दे जाओ ये क्यों हो रहा है और कोई एदा कोई हल हो सकदा होवे। जी ओ वितकरा इसे करके हो रहा कि थोड़े कोल एक बहुत स्ट्रांग विरासत है जेडी थोड़ी अपनी इंडिपेंडेंट धार्मिक जेडी सोवरेनिटी है उसनु एस्टेब्लिश कर दी है। ओ थोनू अज दी जेडी रूलिंग एलीट है विच मसंद रले हुए है विच संत समाज रले हुए उन्हां दे नाल ओ थोड़ी धार्मिक आजाद हस्ती नू खत्म करना चाहुंदे ओ चाहुंदे आ भी सिख एक हिंदुआं दा सेक्ट बन जावे। असी कहने असी सेक्ट ए गल किसी भी कीमत ते सानू कबूल नहीं क्योंकि साडा सारा कुछ श्री गुरु ग्रंथ साहब है और श्री गुरु ग्रंथ साहब दे विच एक श्लोक है जिस दे विच ओ दस रहे है महाराज आप पंजवें पातशाह कि मेरा हुण हिंदुआं ते मुसलमानां नालों विछोड़ा हो चुकिया मैं उन्हां नालों टुट चुकिया हाँ तो किसे किस्म दे हुक्मनामे की जरूरत नहीं किसे किस्म दे आदेश की जरूरत नहीं किसे किस्म दे जत्थेदार तो कोई इस किस्म दा आदेश लैण की जरूरत नहीं। साडा सारा आदेश श्री गुरु ग्रंथ साहिब दे विच अंकित है रिटन फॉर्म दे विच क्लीयर कट वर्डिंग दे विच जिस दे विच कोई भेद नहीं हो सकता। बहुत साल 2001 की गल है उस वेले मैनू हिंदुस्तान टाइम्स वाले ने अप्रोच किया जी सिखा दा ते जो RSS दा झगड़ा उहदे ते एक आर्टिकल लिखो इसे तरह जो झगड़ा हुण चल रहा है तो मैं उस 2001 दे विच आर्टिकल लिखा सी RSS एजेंडा एंड दी सिक्स जिहदे विच सारियां चीजां मैं हो तो 1200 लफजां दा हुंदा हैगा आर्टिकल जिहड़ा मेन आर्टिकल हुंदा उह छपिया होया मेरा आर्टिकल ਉਹੀ ਮੈਂ ਉਹਨੂੰ ਰੀਪ੍ਰੋਡਿਊਸ ਵੀ ਕੀਤਾ ਆਪਣੀ ਕਿਤਾਬ ਦੇ ਵਿੱਚ ਕ੍ਰਿਟੀਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ। ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਤੁਹਾਡੇ ਸਰੋਤਿਆਂ ਨੂੰ ਜਿਹੜੇ ਅੰਗਰੇਜ਼ੀ ਪੜ੍ਹਨਾ ਜਾਣਦੇ ਆ ਜ਼ਰੂਰ ਇਸ ਕਿਤਾਬ ਨੂੰ ਕੰਗੋਲ ਲੈਣ ਇਸ ਕਿਤਾਬ ਨੂੰ ਪੜ੍ਹ ਲੈਣ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਵੀ ਮੈਂ ਲਿਖਿਆ ਹੋਇਆ ਵੀ ਅੰਗਰੇਜ਼ ਜਾਂਦੇ ਹੋਏ ਫਰੇਮਵਰਕ ਦੇ ਗਏ ਆ ਆਪਣੇ ਜਾਨਸ਼ੀਨਾਂ ਨੂੰ ਹਿੰਦੂ ਕਾਲੇ ਰਾਜਿਆਂ ਨੂੰ ਦੇ ਗਏ ਆ ਕਿ ਭਾਈ ਇਸ ਤਰੀਕੇ ਨਾਲ ਸਿੱਖਾਂ ਨੂੰ ਟ੍ਰੀਟ ਕਰਨਾ ਜੇ ਤੁਸੀਂ ਹਿੰਦੁਸਤਾਨ ਚ ਸਟੇਬਿਲਿਟੀ ਚਾਹੁੰਦੇ ਹੋ ਤਾਂ ਉਹ ਸਾਰਾ ਪ੍ਰੋਸੈਸ ਜਾਰੀ ਹੈ ਕਿ ਸਿੱਖੀ ਨੂੰ ਸਿੱਖੀ ਦੀ ਆਈਡੈਂਟੀ ਨੂੰ ਸਿੱਖੀ ਦੀ ਧਾਰਮਿਕ ਜੋ ਹਸਤੀ ਹੈ ਉਸਨੂੰ ਕਿਸ ਤਰੀਕੇ ਨਾਲ ਤੁਸੀਂ ਖਤਮ ਕਰਨਾ ਆ ਸਾਰੇ ਉਸੇ ਦੇ ਅਧੀਨ ਪਾਣੀਆਂ ਦੇ ਉੱਤੇ ਤੁਹਾਡੇ ਨਾਲ ਡਿਸਕ੍ਰੀਮੀਨੇਸ਼ਨ ਕਨਸਟੀਟਿਊਸ਼ਨਲ ਡਿਸਕ੍ਰੀਮੀਨੇਸ਼ਨ ਉਸੇ ਦੇ ਆਧਾਰ ਦੇ ਉੱਤੇ ਪੰਜਾਬੀ ਬੋਲਦੇ ਇਲਾਕੇ ਨਾਲ ਹੁਣ ਦੇਖੋ ਜੰਮੂ ਕਸ਼ਮੀਰ ਦੇ ਵਿੱਚੋਂ ਪੰਜਾਬੀ ਖਤਮ ਕਰਤੀ ਹੈ ਬਿਲਕੁਲ ਤੋ ਇਹ ਸਾਰੀ ਚੀਜ਼ ਮਾਫ ਕਰਨਾ ਸਾਡੇ ਕੋਲ ਸਾਡਾ ਕੋਈ ਰਹਿਨੁਮਾ ਨਹੀਂ ਹੈ ਜਿਹੜੇ ਸਾਡੇ ਪੋਲੀਟੀਕਲ ਲੀਡਰ ਹੈ ਕਿਸੇ ਬੰਦੇ ਨੇ ਇਸ ਗੱਲ ਦੀ ਆਵਾਜ਼ ਉਹਦੇ ਵਿੱਚ ਪਾਰਲੀਮੈਂਟ ਚ ਨਹੀਂ ਉਠਾਈ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਓਬੇਸੀ ਜਿਹੜਾ ਇੱਕ ਮੁਸਲਿਮ ਲੀਡਰ ਹੈ ਮੈਂ ਕਹਿੰਦਾ ਉਸਨੇ ਕਮਾਲ ਕਰ ਦਿੱਤੀ ਉਸਨੇ ਜਦੋਂ ਕਿਹਾ ਬਾਬਰੀ ਮਸਜਿਦ ਢਾ ਦਿੱਤੀ ਉਹ ਕਹਿੰਦਾ ਬਾਬਰੀ ਮਸਜਿਦ ਸ਼ਹੀਦ ਕਰ ਦਿੱਤੀ ਔਰ ਉਹ ਕਹਿੰਦਾ ਸਾਡੇ ਦਿਲਾਂ ਚ ਬਾਬਰੀ ਮਸਜਿਦ ਜ਼ਿੰਦਾ ਹੈ। ਕਿੱਡੀ ਖੂਬਸੂਰਤ ਸਟੇਟਮੈਂਟ ਉਸ ਬੰਦੇ ਨੇ ਦਿੱਤੀ ਮੁਸਲਮਾਨ ਲੀਡਰ ਨੇ ਜਿਹੜਾ ਹੈਦਰਾਬਾਦ ਦਾ ਉਹ MP ਆ ਓਬੀਸੀ ਤੋਂ ਉਸ ਕਿਸਮ ਦੀ ਜੁਰਤ ਉਸ ਕਿਸਮ ਦੀ ਕਲੈਰਿਟੀ ਕਿਸੇ ਸਿੱਖ ਮੈਂਬਰ ਪਾਰਲੀਮੈਂਟ ਦੇ ਕੋਲ ਨਹੀਂ ਮਾਫ਼ ਕਰਨੀ ਤੋਂ ਸਾਡੀ ਇਹ ਤਰਾਸਦੀ ਆ ਪਰ ਸਾਡੀ ਸਭ ਤੋਂ ਵੱਡੀ ਸ਼ਕਤੀ ਆ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਉਸ ਨੂੰ ਸਮਰਪਿਤ ਹਾਂ ਅਸੀਂ ਉਸ ਤੋਂ ਟੁੱਟ ਨਹੀਂ ਸਕਦੇ
असी उस तो बिछड़ नहीं सकते, असी जे जिंदा हाँ उस दी स्पिरिट दे उत्ते, उस दी सारी कंट्रीब्यूशन दे उत्ते, उस दे कंटेंट दे उत्ते असी जिंदा अज दुनिया दे विच और जिंदा रहांगे, तानू खत्म कर नहीं सकता क्योंकि कुंजी बंद हो चुकी है सारी चीज। बहुत अच्छा। जानते हो या, थोड़े मिनट रह गए ने, खेतीबाड़ी दा जिहड़ा ऑर्डिनेंस है जदों उहदा मंडियां दा जिहड़ा निजीकरण हो जाना है ते किसानी वैसे ही बहुत अपने गिरावट वल नूं जा रही है ते उहनां दा तां विचारां दा कुछ बचना नहीं। क्योंकि बुद्धि जी वो और तुसी सब इन्हां चीजां नूं समझदे हो, तो मैं जानदा सी पी थोड़े राही ये कमेंट्स भी जिहड़े हैगे स्रोतां तक पहुंच सकन। जी देखो उन्हां दी जिहड़ी सारी ताकत अज हिंदुस्तान दी सरकार दी लगी हुई है, किस गल ते लगी? हिंदुत्वा ते लगी दी जी। हिंदुत्वा है ब्राह्मणिज्म, वर्ण आश्रम धर्मा जी। दूसरे जड़े सारे आ ओ उन्होंने मलियामेट कर देने है स्लोली एंड ग्रेजुअली। दलिता नु खत्म कर देना, उन्हां दी रिजर्वेशन दा जड़ा हैगा जो हिंदुस्तान दे कॉन्स्टिट्यूशन च अंबेडकर साहब ने पाया उस नु उन्होंने खत्म कर देना, हौली हौली कर रहे लगे हुए है। तो ब्राह्मण दी सुप्रीमेसी दे अगे सिखिज्म खड़ा, सिखिज्म नु मनन वालिया नु भी खत्म करना जरूरी है, उन्होंने इकोनॉमी डिस्ट्रॉय करनी जरूरी है। इसे करके जिहड़ा एग्रीकल्चरिस्ट है बाई एंड लार्ज 99% सिख है, उसनु तबाह करना उन्होंने पोलीटिकल कंपलशन है, उन्होंने धार्मिक कंपलशन है। तो इस करके हर कदम वो पट्टणगे जिहड़ा जिस दे नाल सिखा की मतलब धार्मिक बर्बादी होवे, उन्होंने समाजिक बर्बादी होवे, उन्होंने इकोनॉमिक रियून बर्बादी होवे, ਇਹ ਸਾਰੇ ਕਦਮ ਉਸ ਦੀ ਤਰਫ ਜਾ ਰਹੇ ਹਨ। ਤੋ ਇਸ ਕਰਕੇ ਸਾਨੂੰ ਸਾਰੀ ਦੁਨੀਆਂ ਚ ਜਿਹੜਾ ਤੁਸੀਂ ਲੋਕ ਬੈਠੇ ਹੋ ਬਾਹਰਲੀ ਦੁਨੀਆਂ ਦੇ ਵਿੱਚ ਉਹ ਸਾਡਾ ਸਹਾਰਾ, ਉਹ ਸਾਡਾ ਸਪੋਰਟ ਦੇਸ਼ ਆ। ਤੋ ਤੁਹਾਡੀ ਸਪੋਰਟ ਸਾਨੂੰ ਚਾਹੀਦੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਤੁਸੀਂ ਆਵਾਜ਼ ਉਠਾਉਂਦੇ ਰਹੋ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਨੂੰ, ਬੜੀ ਕਮਾਲ ਦੀ ਜੌਨ ਐਸ ਕੈਨੇਡੀ ਦੀ ਸਟੇਟਮੈਂਟ ਆ, ਉਹ ਮੈਂ ਉਹ ਕੋਟ ਕਰ ਰਿਹਾ। जॉन एफ कैनेडी ने एक गल कही है कि जिहड़ा फार्मर है उसकी जिहड़ी दुर्दशा है इकोनॉमिक उहदा की कारण है कि वह जिहड़ी चीज बेचदा होलसेल च बेचदा, ही सेल्स एवरी प्रोडक्ट इन दी होलसेल एंड बाइज एवरीथिंग इन दी रिटेल जी। देखो जॉन एफ कैनेडी दी फार्मर नहीं सी पर वह लोग बड़े बहुत ही सुचेत बंदे सी जी। अज जिहड़ी फार्मर दी वर्ल्ड ओवर ट्रेजेडी है कि ओह ही सेल्स एवरीथिंग इन होलसेल एंड बाइज एवरीथिंग इन रिटेल। ओही चीज जिहड़ा किसान बेच रहा ओही चीज ओह किसान खरीद रहा रिटेल दे विच, अपनी चीज बेवसी दे विच सस्ते तो सस्ते भावां विच बेच रहा और ओही चीज अपने रोजाना जिंदगी दे विच उसनु इस्तेमाल करने लई वध तो वध कीमत दे के खरीद रहा। यह मैं नहीं कह रहा, जॉन एफ कैनेडी की बहुत ही खूबसूरत एक स्टेटमेंट है फार्मर की ट्रेजेडी दे उते। बहुत अच्छे हाँ जी, बहुत अच्छे, बहुत वधिया जी। साडे कोल तकरीबन 4 मिनट रहिंदे ने। जिहड़ी जम्मू कश्मीर दे विच 370 तो बाद जिहदा तुसीं थोड़ा जिहा जिक्र कीता हैगा कि उत्थे जिहड़ी डोगरी जिहड़ी पंजाबी उपभाषा जिहड़ी हैगी ओह वी जिहड़ी उहनां दे कोलों खोई जा रही है, जानी उत्थे 5 जबानां बोलदे ने ते उहनां दे विचों पंजाबी जिहड़ी हैगी ओह मनफी कीती जा रही है। हालांकि इह कानून अजे पास नहीं होया, लेकिन मेरा ख्याल है क्योंकि ये जिहड़े स्रोते ने दुनिया भर विच सुन रहे ने तुहाडे विचारां नूं, ते ओह कई वारी हुंदा हैगा कि कोई वक्त ही हुंदा है कि वह अपने किते ना किते जाके अपना इन्फ्लुएंस करके ते कोई उहदे विच कोई तरमीम कीती जा सकदे, कोई बचाव कीता जा सकदा होवे, उहदे बारे भी जे जांदे जांदे अपने कमेंट्स दिंदे जाओ। देखो जिहड़ियां बहुत सारियां हिंदुस्तान दीआं ज़बानां हैगीआं ना जी, ਤੁਸੀਂ ਤਾਂ ਇਹ ਸਾਰੀ ਚੀਜ਼ ਮੇਰੇ ਬਿਹਤਰ ਜਾਣਦੇ ਹੋ, ਉਹ ਜਜ਼ਬ ਕਰਨੀਆਂ ਇਸ ਚੀਜ਼ ਨੇ ਜਜ਼ਬ ਕਰਨੀਆਂ ਦੇਵਨਾਗਰੀ ਐਲਫਾਬੈਟ ਨੇ ਜੀ। ਹਿੰਦੀ ਕੋਈ ਜ਼ਬਾਨ ਨਹੀਂ ਹੈ, ਮਾਫ ਕਰਨਾ, ਉਹਦੀਆਂ ਬਹੁਤ ਸਾਰੇ ਡਾਇਲੈਕਟ ਹੈਗੇ ਆ, ਉਹ ਖਾ ਗਈ ਜਿਹੜੀ ਦੇਵਨਾਗਰੀ ਜਿਹੜੀ ਐਲਫਾਬੈਟ ਹੈਗੀ ਹੈ। ਤੁਸੀਂ ਦਾਤ ਦਿਓ ਗੁਰੂ ਨੂੰ,
दात दियो गुरु नू के उस ने थोनू गुरमुखी अल्फाबेट दे दिती। जे गुरमुखी अल्फाबेट ना हुंदी मान साहब देवनागरी ने थोनू खा जाना सीगा, थोड़ी जबान नू खा जाना सी, थोड़े कल्चर नू खा जाना सी, थोड़िया जेड़िया प्रैक्टिसेस उसनू खत्म कर देना सी। ए गुरु की दात आ किड्डी वड्डी गल आ जिहड़ी सिख महसूस नहीं करदा। अज बहुत सारिया दुनिया दे जबाना जिहड़िया ने जी ओ जिहड़ी जिहड़ी डायलैक्ट हैगी आ जिहड़ा अल्फाबैट हैगा रोमन अल्फाबैट आ, अंग्रेजी जबान दा रोमन अल्फाबैट आ, ओ बहुत सारिया दुनिया दी जबाना नू खा गया और दिन ब दिन खांदा तुरिया जा रहा। पर ओ साडी जबान नू खा नहीं सकदा क्योंकि साडा अपना अल्फाबैट आ। बिल्कुल ओ किने दिता, किने दिता? ओ गुरु ने दिता जी। ओ गुरु कितना विजनरी है, इमेजिन करो कितना बड़ी ओदा थॉट है, कितना दूर अंदेश है, कितना ओ मतलब विजडम दे विच भरिया हुआ, कितना उसनु ज्ञान है, ओ अथाह है, ओ लफ्जां च कहा नहीं जा सकता। अज जे असी जिंदा हाँ साडा कल्चर जिंदा है ओ गुरमुखी अल्फाबेट करके है। बहुत अच्छा। तो ओ किहदी देन है? ओ गुरु दी देन। जबान तो पहला भी एग्जिस्ट कर रही है, पंजाबी संस्कृत तो भी पहला फरीद साहब पंजाबी बोलते सी। जे ना अल्फाबेट हुंदा ता खादी जानी सी, देवनागरी ने खा लेना सी साडी जबान नू, साडी तहजीब नू, साडे कल्चर नू, साडिया जिहड़ा फोक आ उसनू खत्म कर देना जी। प्रसाद असीं समय दी समाप्ति ते असीं पहुंच चुके हैं। कोई गल नहीं, बहुत ए, हमेशा ही जदों तुहाडे नाल विचार दा मौका मिलदा है खास करके इस मंच दे उपर बहुत खुशी हुंदी है। थोड़ी मैच्योरिटी, थोड़ी इंटेलेक्ट, थोड़ा एदे च कोई शक नहीं, तुसी जिन्ने आजादाना तरीके नाल इस गल नूं कह सकदे हो। जरूरी नहीं कि हर स्रोता जिहड़ा हैगा ओह साडे नाल सहमत होवे, ए भी जरूरी नहीं हुंदा। नहीं नहीं ओह कोई गल, हां ए कोई ऐसी गल नहीं, लेकिन थोड़े कहण दे विच कदे कोई तुसी मिलावट नहीं आउण दिंदे और उस नूं जिवें शुद्ध तत्थ ने उहनां नूं तत्थ दे तौर दे उपर ही पेश करदे हो। सो मैं अपने वालों अदारा चंद परदेसी वालों और देश विदेश दे जुड़े हुए बेअंत स्रोतों की तरफों ढिल्लों साहब तुहाडा बहुत धन्नवाद करदा जी। तुसी सवेर वेले सानू खेचल करके ए प्रोग्राम साडे नाल हिस्सा पाया, ते फिर भी कदे न कदे सबब बनेगा ते फिर जरूर तुहानू खेचल देंगे। पर बहुत चंगा लगदा जी, बहुत मेहरबानी वाहिगुरु जी का। थैंक यू, गॉड ब्लेस यू, परमात्मा गुरु महाराज तुहानू सारिआं नू चढ़दी कला रखे, मेरे पंथ दी चढ़दी कला रहे, सिख जिउंदे जागदे बहुत प्रोग्रेस करन, मेरी सच्चे पातशाह दी इही अरदास। वाह वाह, बहुत ही सुहिरद शब्द डॉक्टर गुरदर्शन सिंह ढिल्लों साहब जो बहुत विद्वता दे विच माहिर ने और बड़ा उन्हां दा स्टेटस है एजुकेशन विच। अज दा प्रोग्राम किवें लगा इहदे बारे मैनूं दसण दी खेचल करना। एड्रेस हैगा जी gsmaan@chandpardesi.com gsmaan@chandpardesi.com। दोस्तों एक ए भी के ए जिहड़े सारे मान साहब इहनूं यूट्यूब मान साहब जी मान साहब इहनूं यूट्यूब ते पा देना बड़ी मेहरबानी। जरूर पाऊंगा जी, यूट्यूब हुंदा जी, अगले दिन भी पा देना। मेहरबानी जी, मेहरबानी ढिल्लों साहब। थैंक यू जी, थैंक यू, गॉड ब्लेस यू। थैंक यू, थैंक यू। और ए भी साडा डिस्कलोजर है कि जिहड़े भी विचार हैगे ने ओह साडे विद्वानां दे अपने हुंदे ने, ओहदे नाल रेडियो चन परदेसी दा सहमत होना जरूरी नहीं हुंदा, लेकिन साडा यतन यह है कि इस मंच तों तुहानूं सच जिहड़ा हैगा इन्हां विद्वानां राहीं ओह नरेट होवे और ओह बड़ी बेबाकी नाल अपने विचार पेश करदे ने, जिहदे लई असीं बड़े मेरे अगले साथी जिहड़े हैगे ने प्रोग्राम लैके तैयार ने। अज इत्थे ही तुहाडे कोलों इजाजत चाहवांगा, अगले प्रोग्राम दी तुहानूं दावत दिंदा होया तुहाडे कोलों इजाजत चाहना जी। रब राखा, मेहरबानी जी, फिर मिलांगे जी, शुक्रिया जी, धन्यवाद।